वाहेगुरु जी का खालसा, वाहेगुरु जी की फतेह। आई एम योर मॉडरेटर हरप्रीत सिंह एंड वी वेलकम यू टू द कंक्लूडिंग डे ऑफ दिस 9 डे ग्लोबल कॉन्फ्रेंस विच वॉज ऑर्गेनाइज फ्रॉम May 1st ऑनवर्ड्स टिल May 9th। आर फोकस वॉज सेलिब्रेटिंग द लेगेसी ऑफ गुरु तेग बहादुर एंड टूडे वील बी टॉकिंग ऑन द टॉपिक ऑफ पोलिटिकल टाइम्स, द कंडीशन दैट एग्जिस्टेड एट द टाइम ऑफ द गुरु एंड हाउ द हिस्ट्री एंड लेगेसी ऑफ गुरु साहेब इज बिंग डिस्टॉर्टेड नाउ। So today I have 4 eminent speakers who will be sharing their vision with us. And amongst those are Sardar Gurchanjit Singh Ji Lamba, Sardar Gurinderjit Singh Josan, Abhayjit Singh, and our fourth speaker is Gurinder Singh Mann from UK. So we'll start off with Sardar Gurchanjit Singh Ji Lamba and a brief introduction about him. That Gurchanjit Singh Ji Lamba is a multifaceted personality, lawyer by profession and writer by passion. He has a strong grip on Sikh issues and was the editor of Sant Sipahi magazine. He is active in helping downtrodden and marginalized people in legal matters, and he has also served on several expert committees appointed by the SGPC. He was the first to raise concerns with the clauses in the All India Gurdwara Bill, which was eventually rejected by the wider Sikh community. Author in many books on Sikh religious and political issues, his pioneer work is the Encyclopedia Interpretation of the Sikh Rehat Maryada. To sum it up, he has been a lawyer, a journalist, an anchor, an editor, orator, a reader, a political analyst, author, opinion maker, and a social activist. It's a great honor to have him with us, and he'll be talking to us on the topic of how the history and legacy of Guru Sahib is being distorted in present times. Gurcharanjit Singh Ji Lamba Jiyanu, Waheguru Ji Ka Khalsa, Waheguru Ji Ki Fateh. Khalsa, Waheguru Ji Ki Fateh. Bahut bahut dhanwad tuhanda, te sab to vaddi gal hai. ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਇਹ 400 ਸਾਲਾ ਪ੍ਰਕਾਸ਼ ਦਿਵਸ ਸਾਡੀ ਹਯਾਤੀ ਸਾਡੀ ਜ਼ਿੰਦਗੀ ਦੇ ਵਿੱਚ ਆ ਰਿਹਾ ਹੈ। ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਪਰ ਜਦੋਂ ਵੀ ਕੋਈ ਗੁਰੂ ਸਾਹਿਬ ਦੇ ਗੁਰਪੁਰਬ ਔਰ ਖਾਸ ਕਰਕੇ ਜਦੋਂ ਸ਼ਤਾਬਦੀ ਮਨਾਈ ਜਾਂਦੀ ਹੈ, ਸੋ ਅੱਜ ਤੋਂ ਤਕਰੀਬਨ 400 ਸਾਲ ਪਹਿਲਾਂ ਜਦੋਂ ਗੁਰੂ ਸਾਹਿਬ ਆਏ ਤਾਂ ਉਹਨਾਂ ਦੇ ਸਮੇਂ ਦੇ ਉੱਤੇ ਹਾਲਾਤ ਕੀ ਸਨ, ਲੋੜ ਕੀ ਸੀ ਔਰ ਉਹਨਾਂ ਦੀ ਖਾਸੀਅਤ ਕੀ ਸੀ ਜਿਹਦੇ ਕਰਕੇ ਰਹਿੰਦੀ ਦੁਨੀਆ ਤੱਕ ਉਹ ਚੀਜ਼ ਯਾਦ ਰਹੇਗੀ ਔਰ ਜਿਸ ਦੇ ਬਾਰੇ ਗੁਰੂ ਕਲਗੀਧਰ ਪਿਤਾ ਨੇ ਖੁਦ ਕਿਹਾ ਹੈ ਕਿ ਇਤੀ ਜਿਨ ਕਰੀ, ਜਿਨ੍ਹਾਂ ਨੇ ਅਤ ਕਰ ਦਿੱਤੀ, ਇਤੀ ਕਰ ਦਿੱਤੀ ਜਿਸ ਦੇ ਉੱਤੇ ਕੋਈ ਕਰ ਨਹੀਂ ਸਕਦਾ। ਹਜ਼ੂਰ ਨੇ ਕਿਹਾ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਕਦੀ ਨਹੀਂ ਕਿਸੇ ਨੇ ਕੀਤੀ। ਦਰਅਸਲ ਇਹ ਖਾਲੀ ਕਹਿਣ ਮਾਤਰ ਨਹੀਂ ਹੈ, ਜੇਕਰ ਦੇਖਿਆ ਜਾਏ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਕੁਰਬਾਨੀ ਦਾ ਸੰਕਲਪ ਹੀ ਨਹੀਂ ਸੀਗਾ, ਬਲੀ ਦਾ ਸੰਕਲਪ ਜ਼ਰੂਰ ਸੀਗਾ, ਬਲੀ ਦੇ ਦੇਣਾ ਔਰ ਉਹਦੇ ਵਿੱਚ ਬਲੀ ਜਿਹੜੀ ਹੈ ਉਹ ਕਿਸੇ ਪਸ਼ੂ ਦੀ ਦੇ ਦੇਣੀ, ਉਸਦੀ ਬਲੀ ਦੇ ਦੇਣੀ ਔਰ ਬਲਕਿ ਡਾਕਟਰ ਜੋਤ ਸਿੰਘ ਜੀ ਨੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਸਨ, ਉਹਨਾਂ ਨੇ ਬਹੁਤ ਸੁੰਦਰ ਇੱਕ ਲਿਖਿਆ ਹੈ ਕਿ ਇੱਕ ਪੁਰਾਤਨ ਸੰਸਕ੍ਰਿਤ ਦਾ ਇੱਕ ਸ਼ਲੋਕ ਹੈ ਕਿ ਕੀ ਅਸੀਂ ਬਲੀ ਦੇ ਦਈਏ, ਹਾਥੀ ਦੀ ਦੇ ਦਈਏ, ਵਧੀਆ ਵੱਡਾ ਜਾਨਵਰ ਹੈ ਉਹਦੀ ਬਲੀ ਦੇ ਦਈਏ। ਉਹ ਕਹਿੰਦਾ ਪਾਗਲ ਹੋ ਗਿਆ, ਕਹਿੰਦਾ ਫਿਰ ਘੋੜੇ ਦੀ ਦੇ ਦਈਏ, ਕਹਿੰਦਾ ਉਹ ਕੰਮ ਦੀ ਚੀਜ਼ ਹੈ, ਛੱਡ ਉਹਦੀ ਹੋਰ ਕੋਈ ਗੱਲ ਕਰ, ਕਹਿੰਦਾ ਅੱਛਾ ਫਿਰ ਸ਼ੇਰ ਦੀ ਦੇ ਦਿੰਦੇ ਹਾਂ। ਉਹ ਕਹਿੰਦਾ ਕੀ ਗਈ ਜਾਂਦਾ, ਕਹਿੰਦਾ ਗਜਮ ਨੈਵ, ਗਜਮ ਨਹੀਂ ਹਾਥੀ ਦੀ ਨਹੀਂ, ਹਯਮ ਨੈਵ ਮਤਲਬ ਘੋੜੇ ਦੀ ਵੀ ਨਹੀਂ, ਵਿਆਗਰਮ ਨੈਵ ਚ ਨੈਵ ਚ, ਕਹਿੰਦਾ ਫਿਰ ਕਿਹਦੀ ਦਈਏ ਬਲੀ, ਕਹਿੰਦਾ ਅਜਾ ਸੁਤਮ ਬਲਿਮ ਦਦਿਆਤ ਦੈਵੋ ਦੁਰਬਲ ਘਾਤਕ, ਕਹਿੰਦਾ ਤੂੰ ਬੱਕਰੀ ਦੇ ਪੁੱਤਰ ਦੀ ਦੇ ਦੇ, ਉਹ ਦੇਵਤੇ ਵੀ ਦੁਰਬਲ ਦੀ ਬਲੀ ਲੈ ਕੇ ਖੁਸ਼ ਹੁੰਦੇ ਆ। ਹੁਣ ਇਹ ਜਿਹੜੀ ਦੁਰਬਲ ਦੀ ਬਲੀ ਦਿੱਤੀ ਜਾਂਦੀ ਸੀ, ਜਿਹੜਾ ਕਮਜ਼ੋਰ ਹੈ, ਮਾਜ਼ੂਰ ਹੈ, ਇਸ ਗੱਲ ਨੂੰ ਗੁਰੂ ਸਾਹਿਬ ਦੇ ਜ਼ਿਹਨ ਵਿੱਚ ਸੀ। ਉਹਨਾਂ ਨੇ ਕਿਹਾ ਪੈ ਕਾਹੂ ਕੋ ਦੇਤ ਨੈ ਪੈਮਾਨਤ ਹੋ ਆਨ, ਉਹਨਾਂ ਨੇ ਕਿਹਾ ਬਲ ਹੋਆ ਬੰਧਨ ਛੁੱਟੇ। ਇੱਕ ਬਹੁਤ ਵੱਡੀ ਪੋਲੀਟੀਕਲ ਸਟੇਟਮੈਂਟ ਸੀ ਉਸ ਵੇਲੇ ਦੀ ਕਿ ਬਲ ਹੋਆ ਬੰਧਨ ਛੁੱਟੇ, ਪੈ ਕਾਹੂ ਕੋ ਦੇਤ ਨੈ, ਨਾਲੇ ਤੀਜੀ ਗੱਲ ਕਹੀ ਭਾਵੇਂ ਕੋ ਰਾਜਾ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋ ਆਮ ਹੈ, ਭਾਵੇਂ ਕੋਈ ਕਿਸੇ ਕਿਸਮ ਦਾ ਹੈ, ਰਾਮ ਗਇਓ ਰਾਵਣ ਗਇਓ। ਇਹ ਬਹੁਤ ਵੱਡੀ ਗੱਲ ਹੈ। ਸੋ ਇਸ ਕਰਕੇ ਇੱਕ ਸਿਧਾਂਤ ਸੀਗਾ ਜਿਸ ਬਲੀਦਾਨ ਦੀ, ਜਿਸ ਬਲੀ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ, ਜਿਹਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ। ਇਸ ਤੋਂ ਪਹਿਲਾਂ ਪਸ਼ੂਆਂ ਦੀ ਬਲੀ ਦਿੱਤੀ ਗਈ, ਨਰ ਬਲੀ ਵੀ ਦਿੱਤੀ ਜਾਂਦੀ ਰਹੀ, ਪਰ ਆਪਣੀ ਬਲੀ ਦੇ ਦੇਣਾ
ਇਹ ਬਹੁਤ ਵੱਡੀ ਗੱਲ ਸੀਗੀ ਔਰ ਜਿਸ ਦੇ ਤੇ ਗੁਰੂ ਅਰਜਨ ਦੇਵ ਜੀ ਨੇ ਉਹਦੀ ਆਰੰਭਤਾ ਕੀਤੀ ਔਰ ਇੰਤਹਾ ਕੀਤੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਿਨ੍ਹਾਂ ਨੇ ਆਪਣੇ ਲਈ ਨਹੀਂ ਦੂਜਿਆਂ ਲਈ ਧਰਮ ਦੀ ਖਾਤਰ ਉਹਨਾਂ ਨੇ ਇਹ ਬਲੀ ਜਿਹੜੀ ਦਿੱਤੀ ਹੈ ਤੇ ਧਰਮ ਹੇਤ ਸਾਕਾ ਜਿਨਕੀ ਆ ਧਰਮ ਦੀ ਖਾਤਰ ਦਿੱਤੀ ਹੈ ਔਰ ਇੱਕ ਅਦੁੱਤੀ ਸੰਕਲਪ ਦਿੱਤਾ ਧਰਮ ਦੀ ਖਾਤਰ ਉਹ ਵੀ ਦੂਸਰੇ ਦੇ ਧਰਮ ਦੀ ਖਾਤਰ ਉਸ ਤੋਂ ਬਾਅਦ ਤਾਂ ਫਿਰ ਇੱਕ ਲੜੀ ਤੁਰ ਪੈਂਦੀ ਹੈ ਕਿ ਜਦੋਂ ਫਿਰ ਨਵਾਬ ਮਲੇਰਕੋਟਲਾ ਵੀ ਹਾ ਦਾ ਨਾਰਾ ਮਾਰਦੇ ਹੈ ਜਦੋਂ ਪੀਰ ਭੀਖਣ ਸ਼ਾਹ ਵੀ ਉਹਦੇ ਚ ਸ਼ਾਮਿਲ ਹੋ ਜਾਂਦੇ ਹੈ ਹਾਲਾਂ ਉਹਨਾਂ ਦਾ ਆਪਣਾ ਅਕੀਦਾ ਵੱਖਰਾ ਹੈ ਪਰ ਉਹ ਇੱਕ ਧਰਮ ਇਨਸਾਫ ਔਰ ਉਸਦੇ ਲਈ ਜਦੋਂ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦੇ ਹੈ ਮਗਰ ਇਸ ਦੀ ਸ਼ੁਰੂਆਤ ਕਰਨੀ ਪੈਂਦੀ ਹੈ ਤਾਂ ਹੀ ਉਹ ਕਿਹਾ ਗਿਆ ਸ਼ਮਾ ਵੀ ਕਮ ਨਹੀਂ ਹੈ ਕੁਛ ਇਸ਼ਕ ਮੇ ਪਰਵਾਨੇ ਸੀ ਪਰਵਾਨਾ ਸੜਦਾ ਹੈ ਸ਼ਮਾ ਦੇ ਉੱਤੇ ਪਰ ਉਸ ਤੋਂ ਪਹਿਲੇ ਸ਼ਮਾ ਨੂੰ ਖੁਦ ਸੜਨਾ ਪੈਂਦਾ ਹੈ ਕਹਿੰਦਾ ਸ਼ਮਾ ਵੀ ਕਮ ਨਹੀਂ ਇਸ਼ਕ ਮੇ ਪਰਵਾਨੇ ਸੇ ਜਾਨ ਦੇਤਾ ਹੈ ਮਗਰ ਵੋ ਤੋ ਯੇ ਸਰ ਦੇਤੀ ਹੈ ਇਹਦੇ ਲਈ ਸਿਰ ਦੇਣਾ ਪੈਂਦਾ ਹੈ ਔਰ ਇਸੇ ਲਈ ਪੁਰਾਣੀ ਕਹਾਵਤ ਹੈ ਸਿਰ ਰਾਖੇ ਸਿਰ ਜਾਤ ਹੈ ਸਿਰ ਕਾਟੇ ਸਿਰ ਸੋਹੇ ਸਿਰ ਰੱਖਿਆ ਸਿਰ ਚਲਾ ਜਾਏਗਾ ਸਿਰ ਕਾਟੇ ਸਿਰ ਸੋਹੇ ਜੈਸੇ ਬਾਤੀ ਦੀਪ ਕੀ ਕਟੇ ਉਜਿਆਰਾ ਹੋਏ ਜਦੋਂ ਦੀਵੇ ਦੀ ਬੱਤੀ ਨੂੰ ਕੈਂਚੀ ਨਾਲ ਕੱਟਿਆ ਜਾਂਦਾ ਫਿਰ ਉਹ ਜਿਹੜੀ ਹੈ ਉਹ ਹੋਰ ਜ਼ਿਆਦਾ ਪ੍ਰਜਵਲਿਤ ਹੁੰਦੀ ਹੈ ਉਹ ਰੋਸ਼ਨੀ ਦਿੰਦੀ ਹੈ ਸੋ ਇਹ ਤਾਂ ਗੁਰੂ ਸਾਹਿਬ ਦੀ ਕੁਰਬਾਨੀ ਔਰ ਬਲੀਦਾਨ ਦੀ ਜਿਹੜੀ ਗੱਲ ਸੀ ਦੂਜਿਆਂ ਦੀ ਖਾਤਰ ਕੁਰਬਾਨੀ ਦੇ ਦੇਣੀ ਔਰ ਇਹਦੇ ਬਾਅਦ ਖਾਲਸੇ ਨੇ ਉਹ ਕੀਤਾ ਔਰ ਅੱਜ ਵੀ ਦੇਖ ਰਹੇ ਹੋ ਅੱਜ ਦੇ ਹਾਲਾਤ ਵਿੱਚ ਵੀ ਦੇਖ ਰਹੇ ਹੋ ਉਹ ਦੂਜਿਆਂ ਲਈ ਕਰ ਰਹੇ ਆ ਉਹਨਾਂ ਨੂੰ ਆਪਣਾ ਕੋਈ ਨਿੱਜ ਦਾ ਗੱਲ ਨਹੀਂ ਹੈਗੀ ਜਿੱਥੇ ਵੀ ਕਿਧਰੇ ਕਿਸੇ ਦੇ ਉੱਤੇ ਕੋਈ ਮੁਸੀਬਤ ਆਉਂਦੀ ਹੈ ਉੱਥੇ ਇਹ ਖਾਲਸਾ ਜਿਹੜਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਜਿਹੜੀ ਦਿੱਤੀ ਹੋਈ ਆਵਾਜ਼ ਹੈ ਉਸਨੂੰ ਅੱਜ ਵੀ ਉਸ ਜੋਤ ਨੂੰ ਪ੍ਰਜਵਲਿਤ ਕਰ ਰਿਹਾ ਹੈ ਗੁਰੂ ਸਾਹਿਬ ਦੇ ਕੁਰਬਾਨੀ ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀ ਦਿੱਤੀ ਹੈ ਉਹਦੇ ਬਾਅਦ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਮਿਲਿਆ ਦਰਅਸਲ ਇੱਕ ਚੀਜ਼ ਬਹੁਤ ਛੋਟਾ ਜਿਹਾ ਨੁਕਤਾ ਹੈ ਮੈਂ ਕਹਿਣਾ ਚਾਹਾਂਗਾ ਕਿ ਭਗਤੀ ਮਤ ਤੇ ਗੁਰਮਤ ਦੇ ਵਿੱਚ ਇੱਕ ਥੋੜਾ ਜਿਹਾ ਇੱਕ ਬਾਰੀਕ ਲਾਈਨ ਹੈ ਭਗਤੀ ਮਤ ਦੇ ਮੁਤਾਬਕ ਜਦੋਂ ਵੀ ਭਗਤਾਂ ਦੇ ਉੱਤੇ ਮੁਸੀਬਤ ਆਉਂਦੀ ਹੈ ਰੱਬ ਪ੍ਰਗਟ ਹੋ ਜਾਂਦਾ ਹੈ ਮਗਰ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਆਈ ਹੋਈ ਤਲਵਾਰ ਰੁਕਦੀ ਨਹੀਂ ਹੈ ਭਾਈ ਤਾਰੂ ਸਿੰਘ ਦੇ ਉੱਤੇ ਖੋਪਰੀ ਉਤਾਰਨ ਲੱਗਿਆ ਰੰਬੀ ਉਹ ਖੂੰਡੀ ਨਹੀਂ ਹੁੰਦੀ ਹੈਗੀ ਗੁਰੂ ਅਰਜਨ ਦੇਵ ਜੀ ਦੇ ਉੱਤੇ ਗਰਮ ਰੇਤ ਠੰਡੀ ਨਹੀਂ ਹੁੰਦੀ ਉਹ ਹੋਣ ਦਿੰਦੇ ਹੈ ਪਰ ਉਸਦੇ ਬਾਅਦ ਕੀ ਹੁੰਦਾ ਹੈਗਾ ਇਹ ਚੀਜ਼ ਦੱਸ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਮਿਲਦਾ ਢਾਡੀ ਵਾਰਾਂ ਮਿਲਦੀਆਂ ਹੈਗੀਆਂ ਔਰ ਜੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਉਹਦੇ ਚੋਂ ਖਾਲਸਾ ਪ੍ਰਗਟ ਹੁੰਦਾ ਉਹਦੇ ਚੋਂ ਕਵੀ ਦਰਬਾਰ ਪ੍ਰਗਟ ਹੁੰਦੇ ਹੈਗੇ ਸੋ ਇਹ ਇੱਕ ਸੋਮਾ ਹੈ ਇੱਕ ਸਰੋਤ ਹੈ ਤੁਸੀਂ ਗੱਲ ਕੀਤੀ ਹੈ ਕਿ ਉਸ ਵੇਲੇ ਦੇ ਅੱਜ ਦੇ ਹਾਲਾਤ ਉਹ ਬਹੁਤ ਸੰਖੇਪ ਦੇ ਵਿੱਚ ਬਹੁਤ ਹੀ ਸੰਖੇਪ ਦੇ ਵਿੱਚ ਪਹਿਲੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਗੁਰਿਆਈ ਦੇ ਦਿੱਤੀ ਗਈ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਉਂਕਿ ਇਹ ਇੱਕ ਬੜਾ ਵੱਡਾ ਮਿਸਟਿਸਿਜ਼ਮ ਦਾ ਗੁਰੂ ਸਾਹਿਬ ਨੇ ਜਿਹੜੀ ਆਪਣੀ ਜੋਤ ਅਗਲੇ ਗੁਰੂ ਸਾਹਿਬ ਵਿੱਚ ਵਿਰਾਸਤ ਨਹੀਂ ਹੈ ਵਾਰਸ ਹੁੰਦਾ ਹੈ ਮਰਨ ਤੋਂ ਬਾਅਦ ਕਿਸੇ ਨੂੰ ਚੀਜ਼ ਮਿਲੇ ਗੁਰੂ ਸਾਹਿਬ ਨੇ ਆਪਣੀ ਹਯਾਤੀ ਦੇ ਵਿੱਚ ਹੀ ਆਪਣੇ ਜੀਵਨ ਕਾਲ ਦੇ ਵਿੱਚ ਹੀ ਜੋਤ ਅਗਲੀ ਗੁਰੂ ਸਰੀਰ ਵਿੱਚ ਰੱਖੀ ਹੈ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਤਰੀ ਗੁਰੂ ਅਰਜਨ ਦੇਵ ਜੀ ਦੇ ਸਰੀਰ ਦੇ ਵਿੱਚ ਇਹ ਗੁਰੂ ਰਾਮਦਾਸ ਜੀ ਨੇ ਜੋਤ ਧਰੀ ਹੈ ਹੁਣ ਭੇਖੀ ਗੁਰੂ ਕੀ ਕਰਦੇ ਆ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਦੇ ਗਏ ਸੀ ਜੀ ਫਲਾਣੇ ਨੂੰ ਦੇ ਗਏ ਸੀ ਇਹ ਬਹੁਤ ਵੱਡਾ ਪਖੰਡ ਹੈ ਗੁਰੂ ਦੀ ਜੋਤ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਈ ਇਸ ਦੇ ਬਾਅਦ ਜੇ ਕੋਈ ਦਾਵਾ ਕਰੇ ਕਿ ਮੈਂ ਗੁਰੂ ਹਾਂ ਤੇ ਉਸ ਤੋਂ ਵੱਡਾ ਪਖੰਡੀ ਔਰ ਧੋਖੇਬਾਜ਼ ਕੋਈ ਨਹੀਂ ਹੋ ਸਕਦਾ ਗੁਰੂ ਸਾਹਿਬ ਵੇਲੇ ਵੀ ਹੋਇਆ ਬਾਈ ਮੰਜੀਆਂ ਉਹ ਜਿਹੜੇ ਮਸੰਦ ਸਨ ਉਹ ਸਾਰੇ ਬੈਠ ਗਏ ਆ ਕੇ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਲੀ ਦੇ ਵਿੱਚ ਹੁਣ ਜੋਤ ਜਿਹੜੀ ਹੈ ਸਥਾਪਿਤ ਕਰਨੀ ਹੈ ਇਹ ਮਿਸਟਿਸਿਜ਼ਮ ਰਹੱਸਵਾਦ ਹੈ ਦਿੱਲੀ ਦੇ ਵਿੱਚ ਹਨ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਹਨ ਤਾਂ ਉਸ ਵੇਲੇ ਉਹਨਾਂ ਨੇ ਉਹ ਜਿਹੜਾ ਰਹੱਸਵਾਦ ਦੇ ਰਾਹੀਂ ਆਪਣੀ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੀ ਹਯਾਤੀ ਜੀਵਨ ਕਾਲ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਵਿੱਚ ਰੱਖੀ ਔਰ ਉਹਨਾਂ ਦੇ ਸਰੀਰ ਵਿੱਚ ਸਥਾਪਿਤ ਕੀਤੀ ਔਰ ਨਾਲ ਹੀ ਇਹ ਬਚਨ ਇਤਿਹਾਸ ਵਿੱਚ ਆਇਆ ਗੁਰੂ ਸਾਹਿਬ ਨੇ ਕਿਹਾ ਬਾਬਾ
ਬਸੇ ਜੇ ਗ੍ਰਾਮ ਬਕਾਲੇ ਬਨ ਗੁਰਸੰਗਤ ਸਕਲ ਬਸਾਲੇ। ਬਾਬਾ ਹੁਣ ਬਾਬਾ ਬਾਬੇ ਬਕਾਲੇ ਹੈ, ਉਹ ਬਾਬੇ ਬਕਾਲੇ ਦੇ ਵਿੱਚ ਹੈਗਾ। ਦੂਸਰੀ ਗੱਲ ਮੈਂ ਇੱਕ ਜ਼ਰੂਰ ਕਹਿਣੀ ਚਾਹਾਂਗਾ, ਕਿਉਂਕਿ ਉਹ ਜਿਹੜੇ 22 ਮੰਜੀਆਂ ਤੇ ਜਿਹੜੇ ਬੈਠੇ ਸੀਗੇ ਉਹਨਾਂ ਦਾ ਕੀ ਹਸ਼ਰ ਹੈ। ਸੂਰਜ ਪ੍ਰਕਾਸ਼ ਇੱਕ ਬਹੁਤ ਸੰਖੇਪ ਵਿੱਚ ਇੱਕ ਸਾਖੀ ਹੈ। ਗੁਰਹਰਗੋਬਿੰਦ ਸਾਹਿਬ ਬੈਠੇ ਹਨ, ਇੱਕ ਬੜਾ ਭਾਰਾ ਸੰਗਤ ਜੁੜੀ ਹੈ, ਇੱਕ ਬਹੁਤ ਭਾਰਾ ਅਜਗਰ, ਉਸਨੂੰ ਹਜ਼ਾਰਾਂ ਕੀੜੇ ਚੰਬੜੇ ਹਨ, ਲਹੂ ਲੁਹਾਨ ਹੈ, ਉਹਦਾ ਖੂਨ ਪੀ ਰਹੇ ਹਨ, ਉਹ ਤੜਫ ਰਿਹਾ ਹੈ, ਔਰ ਉਹ ਅਜਗਰ ਹੌਲੇ ਹੌਲੇ ਗੁਰੂ ਸਾਹਿਬ ਵੱਲ ਆਇਆ। ਜਦੋਂ ਸਿੱਖਾਂ ਨੇ ਉਹਨੂੰ ਹਟਾਉਣਾ ਚਾਹਿਆ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ, ਨਹੀਂ ਇਹ ਮੇਰੇ ਕੋਲ ਆ ਲੈਣ ਦਿਓ। ਇਹ ਇਤਿਹਾਸ ਦੇ ਵਿੱਚ ਅੰਕਿਤ ਹੈ। ਉਹ ਅਜਗਰ ਕਰਾਂਦਾ ਹੋਇਆ, ਤੜਫਦਾ ਹੋਇਆ, ਉਹ ਗੁਰੂ ਸਾਹਿਬ ਦੇ ਸਾਹਮਣੇ ਆਇਆ। ਗੁਰੂ ਸਾਹਿਬ ਨੇ ਆਪਣਾ ਤੀਰ ਚੁੱਕਿਆ ਔਰ ਉਸਦਾ ਉਧਾਰ ਕਰ ਦਿੱਤਾ, ਉਸਨੂੰ ਮਾਰ ਦਿੱਤਾ। ਸੰਗਤ ਬੜੀ ਵਿਸਮਾਦ ਆ ਗਈ ਕਿ ਅੱਜ ਕੀ ਹੈ, ਤੁਸੀਂ ਸ਼ੇਰ ਦਾ ਸ਼ਿਕਾਰ ਕਰਨ ਵਾਲੇ ਅੱਜ ਇਸ ਅਜਗਰ ਦਾ ਸ਼ਿਕਾਰ ਕਰ ਰਹੇ ਹੋ ਜਿਹੜਾ ਖੁਦ ਮਰਿਆ ਪਿਆ ਹੈ। ਹਜ਼ੂਰ ਨੇ ਕਿਹਾ, ਜਿਹੜਾ ਸਿੱਖ ਇਤਿਹਾਸ ਦੇ ਵਿੱਚ ਅੰਕਿਤ ਹੈ, ਸੂਰਜ ਪ੍ਰਕਾਸ਼ ਚ ਹੈ, ਹਜ਼ੂਰ ਨੇ ਕਿਹਾ ਇਹ ਪਿਛਲੇ ਜਨਮ ਵਿੱਚ ਪਖੰਡੀ ਗੁਰੂ ਸੀ, ਬੜਾ ਵੱਡਾ ਮਸੰਦ ਸੀ, ਬੜਾ ਵੱਡਾ ਮਹੰਤ ਸੀਗਾ। ਇਹ ਸਾਰੇ ਚੇਲੇ ਚਾਪ ਜਿਹੜੇ ਸਨ ਉਹਨੂੰ ਚਿੰਬੜੇ ਸੀ, ਉਹਦਾ ਖੂਨ ਪੀ ਰਹੇ ਸੀ ਕਿ ਤੂੰ ਆਪ ਵੀ ਗਿਆ ਤਾਂ ਸਾਡਾ ਵੀ ਸਤਿਆਨਾਸ਼ ਕੀਤਾ, ਅੱਜ ਇਸ ਦਾ ਉਧਾਰ ਕੀਤਾ। ਇਹ ਮਰ ਗਿਆ, ਸਾਰੇ ਉਸਦੇ ਚੇਲੇ ਛੱਡ ਗਏ। ਇਹ ਭੇਖੀ ਗੁਰੂਆਂ ਨੂੰ ਵੀ ਸਮਝਣਾ ਚਾਹੀਦਾ, ਉਹਨਾਂ ਦੇ ਮਗਰ ਲੱਗਿਆਂ ਨੂੰ ਵੀ ਸਮਝਣਾ ਚਾਹੀਦਾ। ਸੋ ਪਹਿਲੀ ਗੱਲ, ਗੁਰੂ ਤੇਗ ਬਹਾਦਰ ਜੀ ਨੇ ਇਹ ਭੇਖੀ ਗੁਰੂ ਦਾ ਸੰਕਲਪ ਦੂਰ ਕੀਤਾ। ਦੂਸਰੀ ਗੱਲ ਦੇਖਣੀ ਪਏਗੀ ਕਿ ਗੁਰੂ ਤੇਗ ਬਹਾਦਰ ਜੀ ਵੇਲੇ ਸਮਕਾਲੀਨ ਬਾਦਸ਼ਾਹ ਕਿਹੜਾ ਸੀ। ਉਹ ਔਰੰਗਜ਼ੇਬ ਸੀ। ਉਹ ਔਰੰਗਜ਼ੇਬ ਜਿਸ ਨੇ ਆਪਣੇ ਬਾਪ ਨੂੰ ਕੈਦ ਕੀਤਾ, ਉਹਨੂੰ ਪਾਣੀ ਨਹੀਂ ਪੀਣ ਨੂੰ ਦਿੱਤਾ ਗਿਆ, ਔਰ ਅਖੀਰ ਦੇ ਵਿੱਚ ਉਸਦੇ ਬਾਪ ਨੇ ਉਸਨੂੰ ਲਿਖਿਆ, ਐ ਪਿਸਰ ਤੂੰ ਅਜਬ ਮੁਸਲਮਾਨੀ ਬਾ ਪਿਦਰੇ ਜ਼ਿੰਦਾ ਆਪ ਤਰਸਾਨੀ, ਐ ਮੇਰੇ ਬੇਟੇ ਤੂੰ ਕੈਸਾ ਹੈ, ਤੂੰ ਜ਼ਿੰਦਾ ਬਾਪ ਨੂੰ ਪਾਣੀ ਦੀ ਖਾਤਰ ਤਰਸਾ ਰਿਹਾ ਹੈ। ਔਰ ਉਸਨੇ ਨਾਲ ਅਗਲੀ ਗੱਲ ਕਹੀ, ਆਫਰੀਨੇ ਬਾਦ ਹਿੰਦਵਾਨ ਸਦ ਬਾਰ ਮੈਂ ਦਿਹੰਦ ਪਿਦਰੇ ਮੁਰਦਾਰ ਦਾਇਮ ਆਬ, ਉਹ ਤੇਰੇ ਨਾਲ ਤੇ ਹਿੰਦੂ ਚੰਗੇ ਹੈ ਜਿਹੜੇ ਮਰੇ ਹੋਏ ਪਿੱਤਰਾਂ ਨੂੰ ਵੀ ਪਾਣੀ ਪਿਲਾਉਂਦੇ ਆ। ਸੋ ਉਸ ਔਰੰਗਜ਼ੇਬ ਵਰਗੇ ਜਦੋਂ ਕੋਈ ਹਾਕਮ, ਇਹ ਇਤਿਹਾਸ ਗਵਾਹ, ਜਦੋਂ ਕੋਈ ਹਾਕਮ ਆਪਣੇ ਹੰਕਾਰ ਦੇ ਵਿੱਚ, ਘਮੰਡ ਦੇ ਵਿੱਚ ਚੂਰ ਹੋ ਕੇ ਜ਼ੁਲਮ ਕਰੇਗਾ, ਜਨਤਾ ਦੇ ਉੱਤੇ ਜ਼ੁਲਮ ਕਰੇਗਾ, ਉਸਦਾ ਹਸ਼ਰ ਜਿਹੜਾ ਉਹ ਕੰਸ ਵਰਗਾ ਔਰ ਜਿਹੜੇ ਹਿਟਲਰ ਵਰਗਾ ਜਾਂ ਔਰੰਗਜ਼ੇਬ ਤੋਂ ਚੰਗਾ ਕਦੀ ਵੀ ਨਹੀਂ ਹੋ ਸਕਦਾ। ਇਹ ਗੁਰੂ ਸਾਹਿਬ ਨੇ ਨਾਲ ਉਸਨੂੰ ਦੱਸ ਦਿੱਤਾ। ਤੀਜੀ ਚੀਜ਼ ਜਿਹੜੀ ਅੱਜ ਦੇ ਸੰਦਰਭ ਵਿੱਚ ਬਹੁਤ ਜ਼ਰੂਰੀ ਹੈ, ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤਿਲਕ ਜੰਜੂ ਦੀ ਖਾਤਰ ਹੁੰਦੀ ਹੈ। ਹਾਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲੇ ਜਾਮੇ ਵਿੱਚ ਤਿਲਕ ਔਰ ਜੰਜੂ ਨੂੰ ਰਿਜੈਕਟ ਕਰ ਦਿੱਤਾ। ਬਹੁਤ ਸੁੰਦਰ ਲਿਖਿਆ ਹੈ ਪ੍ਰੋਫੈਸਰ ਮੋਹਨ ਸਿੰਘ ਨੇ। ਉਹ ਕਹਿੰਦੇ ਹੈ ਕਿ ਉਹ ਹਾਲਾਤ ਕੈਸੇ ਹੋਣਗੇ, ਉਹ ਮੰਜ਼ਰ ਕਿੱਦਾਂ ਦਾ ਹੋਏਗਾ, ਉਹ ਸੀਨ ਕੈਸਾ ਹੋਏਗਾ ਜਦੋਂ ਗੁਰੂ ਸਾਹਿਬ ਦੀ 9 ਸਾਲ ਦੀ ਆਯੂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਤੇ ਪੰਡਿਤ ਜਨੇਊ ਲੈ ਕੇ ਅੱਗੇ ਆਇਆ, ਬਰਾਦਰੀ ਜੁੜੀ ਹੈ, ਲੋਕ ਬੈਠੇ ਹੈ, ਸਾਰੀ ਸਮੱਗਰੀ ਹੈ, ਔਰ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਤੇਰੇ ਪੈਰਾਂ ਚ ਬੰਧਨ ਨਹੀਂ, ਤੇਰੇ ਹੱਥਾਂ ਤੇ ਬੰਧਨ ਨਹੀਂ, ਤੇਰੀਆਂ ਅੱਖਾਂ ਚ ਬੰਧਨ ਨਹੀਂ, ਲੈ ਪੜ ਕਰੇ ਵਿਵਾਹ ਕਟਕਾਗਲ ਦਸੇਰਾ। ਉਹਨਾਂ ਨੇ ਕਿਹਾ, ਉਹਨੇ ਜਿਹੜਾ ਸੀਨ ਖਿੱਚਿਆ ਪ੍ਰੋਫੈਸਰ ਮੋਹਨ ਸਿੰਘ, ਉਹ ਕਹਿੰਦੇ ਹੈ ਪਿਆਰ ਨਾਲ ਸਮਝਾਇਆ ਮੁੜ ਮੁੜ ਹਰੀ ਦਿਆਲ, ਤੇ ਪਿਓ ਨੇ ਧਮਕਾਇਆ ਕੱਢ ਕੇ ਅੱਖਾਂ ਲਾਲ, ਪਰ ਬਾਬਾ ਨਾ ਡੋਲਿਆ ਕਾਇਮ ਰੱਖਿਆ ਚਿੱਤ, ਇਸੀ ਜੀਵਨ ਘੋਲ ਵਿੱਚ ਉਸਦੀ ਪਹਿਲੀ ਜਿੱਤ। ਇਹ ਇੱਕ ਬੜੀ ਵੱਡੀ ਗੱਲ ਸੀ। ਹੁਣ ਸਾਡੇ ਵਰਗੇ ਤੇ ਕਹਿ ਦੇਣਗੇ ਜੀ ਕੀ ਇਹ 2 ਮਿੰਟ ਲਈ ਪਾ ਲੈਂਦੇ, ਇਹ ਅਸੀਂ ਕਰ ਸਕਦੇ ਹਾਂ, ਪਰ ਗੁਰੂ ਸਾਹਿਬ ਨੇ ਅਰੂਸ ਤੇ ਲਿਆ ਕੇ ਇੱਕ ਸੁਨੇਹਾ ਦੇਣਾ ਸੀ ਕਿ ਮੈਂ ਇਹਨਾਂ ਧਾਗੇ ਦੇ ਬੰਧਨਾਂ ਵਿੱਚ ਨਾ ਮੈਂ ਬੰਨਾਂਗਾ ਨਾ ਮੇਰੀ ਉਮਤ ਇਹਨਾਂ ਦੇ ਵਿੱਚ ਆਏਗੀ। ਤਾਂ ਹੀ ਕਰਕੇ ਬਾਅਦ ਰਹਿਤਨਾਮਿਆਂ ਚ ਆਇਆ, ਜੋ ਸਿੱਖ ਗੱਲ ਮੈਂ ਤਾਗਾ ਮੇਲੇ ਚੌਪੜ ਬਾਜੀ ਗਨਕਾ ਖੇਲੇ, ਜਨਮ ਸਵਾਨ ਪਾਵੇਗਾ ਕੋੜ ਬੀਜਿਓ ਹਾਥ ਬੁਰਾ ਇਸ ਕੋੜ, ਬਾਗ ਉਤਾਰ ਪ੍ਰਸ਼ਾਦ ਜੋ ਖਾਵੇ ਸੋ ਸਿੱਖ ਕੁੰਭੀ ਨਰਕ ਸਦਾਵੇ। ਇੱਕ ਸੁਨੇਹਾ ਹੈ ਬਹੁਤ ਵੱਡਾ ਆਪਣੀ ਹੋਣ ਦਾ, ਆਪਣੇ ਉਸਨੂੰ ਕਰਨ ਦਾ। ਤੀਸਰੀ ਚੀਜ਼ ਗੁਰੂ ਅਰਜਨ ਸਾਹਿਬ, ਮੈਂ ਦਿਲ ਤਾਂ ਨਹੀਂ ਕਰਦਾ ਤੁਹਾਨੂੰ ਰੋਕਣ ਲਈ ਕਿਉਂਕਿ ਬਹੁਤ ਹੀ ਮਹੱਤਵਪੂਰਨ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ, ਪਰ ਬਾਕੀ ਸਪੀਕਰਸ ਨੇ ਵੀ ਗੱਲਬਾਤ ਕਰਨੀ ਹੈ। ਸੋ ਮੇਰਾ ਸਵਾਲ ਵੀ ਨਾਲ ਹੀ ਤੁਹਾਨੂੰ ਮੈਂ ਪੁੱਛਣਾ ਤਾਂ ਕਿ ਤੁਸੀਂ 2-3 ਮਿੰਟਾਂ 'ਚ ਇਸ ਨੂੰ ਸਮੇਟ ਸਕੋ ਕਿ ਤੁਸੀਂ ਸਿਮਿਲੈਰਿਟੀਜ਼ ਦੀ ਗੱਲ ਕਰਦੇ ਕਿ ਗੁਰੂ ਸਾਹਿਬ ਦਾ ਸਮਾਂ ਅਤੇ ਅੱਜ ਦਾ ਜਿਹੜਾ ਸਮਾਂ ਹੈਗਾ ਉਸ ਵਿੱਚ ਕੁਝ ਤੁਹਾਨੂੰ ਸਿਮਿਲੈਰਿਟੀਜ਼ ਵੀ ਨਜ਼ਰ ਆਉਂਦੀਆਂ ਨੇ ਜੀ?
मैं जिन्नियां दसियां सारियां ओही हालात है, हालात भी ओही है। और एक गल गुरु साहब गवाही भी दे गए, गुरु गोबिंद सिंह जी, बाबे के बाबर के दऊ आप करे परमेश्वर सो। जो हालात है असी रोज पढ़ते हैं ना, देव दैत ज छन उपजायो, यह हमेशा पैदा होंगे रहेंगे, ये दोनों नाल नाल आएंगे। वह जेड़िया शक्तियां बाबे दियां शक्तियां भी रहनगियां, बाबर दियां भी आनगियां। और इस करके सब तो वड्डी गल हैगी है, बहुत जरूरी है कि गुरु साहब नू कतल किया, शहीद किया औरंगजेब ने, उदी गवाही दित्ती गुरु गोबिंद सिंह जी ने। अज साडे विचों ही कुछ बंदे सिख अखवा के उस गवाही नू खत्म करना चाहते हैं, वह गवाही दे उत्ते मुनकर होना चाहते हैं। ये गुरु साहब नू मुड़ शहीद करन दी बहुत वड्डी साजिश है। बाकी एक लफज दे विच जिहड़ी गल चांद पट ने कही सी, चित चरण कमल का आसरा, चित चरण कमल संग जोड़िए, मन लोचे बुरियाइयां गुर सबदी ए मन होड़िए, बाह जिना दी पकड़िए सिर दीजे बाह ना छोड़िए, गुर तेग बहादुर बोलिया तर पईए धर्म ना छोड़िए। सो यह एक सुनेहा है, हालात ओही हन सिर्फ पात्र बदलते हैं। गुरु साहब खुद सन, अज गुरु का खालसा है। जिहड़ी गल गुरु साहब ने कही, बाबे के बाबर के दो आप करे परमेश्वर सौ, असी गुरु साहब दी उस बाणी उना दे बाणे उना दे उना सिद्धांतां नाल जुड़ सकीए, ए बहुत वड्डी, ए ही तां ही साडा मनाया गुरपुरब जिहड़ा हैगा ए सफला है। बहुत बहुत वधाई दिंदे आं, और तुहानू खास करके तुहाडे मन दे विच ए संकल्प भी गुरु साहब ने दिता है कि इतना वड्डा उपराला कीता जाए जिहड़ा अदुत्ती है, और ऐसा उपराला मेरा ख्याल च कदी नहीं होया है। बहुत बहुत वधाई तुहानू भी, बहुत बहुत वाहिगुरु जी का खालसा, वाहिगुरु जी की फतेह। सरदार गुरचरणजीत सिंह जी लांबा, बहुत बहुत धन्यवाद। ਤੁਸੀਂ 2 ਦਿਨ ਕੱਢ ਕੇ ਜਿਹੜਾ ਇਸ ਮਹੱਤਵਪੂਰਨ ਵਿਸ਼ੇ ਦੇ ਬਾਰੇ ਗੱਲਬਾਤ ਕੀਤੀ, ਸਾਨੂੰ ਬੜਾ ਮਾਣ ਹੈ ਕਿ ਪਿਛਲੇ 9 ਦਿਨਾਂ ਤੋਂ ਅਸੀਂ ਵੱਖਰੇ ਵੱਖਰੇ ਬੁਲਾਰਿਆਂ ਨੂੰ ਦੁਨੀਆ ਭਰ ਤੋਂ ਸੁਣ ਰਹੇ ਹਾਂ, ਅਤੇ ਇਹੀ ਫੋਕਸ ਜਿਹੜਾ ਆ ਰਿਹਾ ਹੈਗਾ ਕਿ ਇਕੱਠੇ ਹੋਈਏ। ਹੁਣ ਸਮਾਂ ਹੈਗਾ ਕਿ ਅਸੀਂ ਆਪਣੇ ਮਤਭੇਦ ਖਤਮ ਕਰਕੇ ਕੌਮੀ ਪੱਧਰ ਦੇ ਉੱਤੇ ਇਕੱਠੇ ਹੋ ਕੇ ਜਿੱਥੇ ਅਸੀਂ ਸਾਡੇ ਚੈਲੰਜਸ ਨੇ ਉਹਨਾਂ ਨੂੰ ਬੈਠ ਕੇ ਉਹਨਾਂ ਦਾ ਵਿਚਾਰ ਵਟਾਂਦਰਾ ਕਰਕੇ ਸਲਿਊਸ਼ਨ ਲੱਭੀਏ, ਨਾ ਸਿਰਫ ਇੱਕ ਦੂਸਰੇ ਦੇ ਉੱਤੇ ਅਸੀਂ ਕਿੱਚੜ ਉਛਾਲੀਏ, ਕਿਉਂਕਿ ਇਸ ਦਾ ਨੁਕਸਾਨ ਕੌਮ ਨੂੰ ਬਹੁਤ ਵੱਡਾ ਹੋ ਰਿਹਾ ਹੈ। ਅਤੇ ਗੁਰੂ ਸਾਹਿਬ ਨੂੰ ਸਹੀ ਸ਼ਰਧਾਂਜਲੀ ਇਹੀ ਹੋਏਗੀ ਕਿ ਹੁਣ ਵੀ ਅਸੀਂ ਸਮਝ ਜਾਈਏ ਅਤੇ ਉਹਨਾਂ ਦੇ ਦੱਸੇ ਹੋਏ ਪੂਰਨੇ ਉੱਤੇ ਤੁਰਨਾ ਸ਼ੁਰੂ ਕਰੀਏ। ਬਹੁਤ ਬਹੁਤ ਧੰਨਵਾਦ। ਸਾਡੇ ਅਗਲੇ ਸਪੀਕਰ ਹੋਣਗੇ ਜੀ ਹੁਣ ਗੁਰਿੰਦਰ ਸਿੰਘ ਮਾਨ ਯੂਨਾਈਟਿਡ ਕਿੰਗਡਮ ਤੋਂ, ਸੋ ਕੁਛ ਹੀ ਪਲਾਂ ਤੱਕ ਉਹਨਾਂ ਨੂੰ ਅਸੀਂ ਵਾਪਸ ਲੈ ਕੇ ਆਉਂਦੇ ਹਾਂ ਅਤੇ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਸੋ ਡਾਕਟਰ ਗੁਰਿੰਦਰ ਮਾਨ, ਵੰਸ ਅਗੇਨ ਥੈਂਕ ਯੂ ਫੋਰ ਯੋਰ ਟਾਈਮ ਐਂਡ ਵੈਲਕਮ ਟੂ ਦ ਪ੍ਰੋਗਰਾਮ। ਸੋ ਵੀ ਵੁੱਡ ਲਾਈਕ ਟੂ you know learn from you as to what is your perspective, and before you start I would just like to introduce Dr. Gurinder Singh Mann. Gurinder Singh Mann is a historian and director of the Sikh Museum Initiative. He holds an MA in South Asian Religious Studies from De Montfort University, and he's the author of 3 books. He has 2 decades lectured on Sikh history and heritage, and his work also focuses on working with museums and digital technologies, and he's the curator of the Anglo-Sikh Virtual Museum. Gurinder Singh ji, we would like to learn from you for the next 10 to 12 minutes. Waheguru ji ka khalsa, Waheguru ji ki fateh. Thank you, Harpreet Singh ji, for inviting me today to talk about the life of Guru Tegh Bahadur Sahib. So my approach today is going to be about the Mughal regime and the kind of conditions under which Guru Tegh Bahadur Sahib had to kind of establish himself. So we already know from the time of the Guru Sahibs, the Mughal regime was already posing a threat on the Dharam of Sikhi. Whilst there was a short burst of stability, it did not last long. During the summer of Guru Arjan Dev Maharaj, the witnessing of his execution was a direct attack by Emperor Jahangir. This brought the Punjab into dire straits, and on his Guruship, Guru Hargobind Sahib was given the title of the Lord of Miri and Piri. As a result, he wore 2 talwars on his investiture as Guru. This was all the hallmarks of what was going to come and what was going to follow. Guru Hargobind Sahib had created an army, and he required his skills to be instilled with biras, or inspiring his individuals and Sikhs using the tadgis as well, so there could be a martial spirit within the Sikh Gaon. Guru Hargobind Sahib also created the Akal Takht, and this was created to ensure that political matters could be solved. And it was also during this time that it came to conflict with Shah Jahan's armies at Rohilla, Amritsar, Blai, and Kartarpur Sahib. While these were decisive victories for the Sikhs, what most people don't seem to understand or realize is that also Guru Tegh Bahadur Sahib was a witness and also participated in battle as well. At this early stage,
Tejwal Sahib had witnessed the battle, like I said, and the first battle he'd witnessed was during the time of Bibi Veel, the sister of Hargobind, who was due to be married. The preparations were actually stopped in order to undertake this battle. The Sikhs were successful at this time, and Tej Bahadur Sahib saw for the first time what it meant to actually be part of this kind of movement to actually ensure that Sikhi could be safe and be maintained. At this early age also, Tej Bahadur Sahib was instructed and mentored by Bhai Gur Das, Baba Buddha Ji, and Baba Vidhi Chand as well. The last two were very instrumental in teaching Tej Bahadur Sahib Shastra Vidya and training of martial arts. And at this time, during the time from Guru Hargobind Sahib and during the 10 years of the other gurus, this was the early formation of the Sikh army to some respects. So what do we see at the Battle of Kartarpur Sahib? Well, Tej Bahadur Sahib, together with his brother Baba Gurditta, would be in action when Painda Khan, a once confidant of Guru Hargobind Sahib, had turned his back on the Sikhs. In facing the Mughal army, many Sikhs and others were lost during this battle. Painda Khan came into direct contact with Guru Hargobind and was killed and given mukti. The Mughals were defeated and the fighting prowess of Tej Bahadur Sahib was demonstrated in this jung. But political power plays were also paramount on behalf of the Mughal authorities, who were encouraging Dhir Mal, the elder son of Baba Gurditta, to become Guru. These intrigues played out, and after Guru Hargobind Sahib, the Gaddi went to Guru Har Sahib, Har Rai, who kept his army intact and lived generally peacefully. But Aurangzeb, during this time, came to power and summoned the Guru. However, his son Ram Rai was misinterpreted the words from Guru Granth Sahib and was disowned. The next in line was Guru Har Krishna Sahib, who was summoned by again Aurangzeb to prove his guruship. And during this time, he became Pura in Delhi while he was tending to the victims of cholera and smallpox. Again, there was still instigations by Guru by Ram Rai and Aurangzeb to try and bring down the actual Sikh establishment. So what do we know about Aurangzeb and what he was trying to do in India at this particular time? Well, we know he was being non-tolerant of anyone who wasn't a Muslim. He had the support of Rajputs at around 1665, and he moved towards a play of an Islamic state or Dar-ul-Islam. And he introduced the jizya or taxation on non-Muslims and the policy of demolishing Hindu temples and even becoming intolerant of Shia Muslims as well. He offered money to people to hold posts as long as it didn't affect his actual hegemony. Poetry and other mediums of expressions were banned, and this only had to be done in tune of the Islamic tradition. During this time, and when Guru Tej Bahadur became Guru, he had been living at Bakala Sahib and was undertaking Bhakti. He started developing Chak Nanaki, or later also known as Makaval, and later to be renamed Anand Prasad, circa around 1671. He set up his Darbar here, and he also took his Adasis from this place as well. Eventually, Kavis were fleeing Aurangzeb's court due to persecution. They all wound up eventually in Anand Prasad, either taking flock under Guru Tej Bahadur Sahib and eventually under Gobind Singh Ji as well. So as the spiritual fame of Guru Tej Bahadur grew, so did his importance in upholding the rights of all humanity. So when the Kashmiri pundits approached the Guru, the scene was already set. The Hindus were now facing persecution and many had converted to Islam. This included traders in the business field as well. But for them, profit was a motive, so therefore they were happy to kind of convert. However, Aurangzeb had realized that he had to tackle the priestly class. So he turned not to just the pundits of Kashmir, but Banaras, Kurukshetra and Hardwar as well. The pundits of Kashmir, headed by Pir Parom, petitioned Guru Tej Bahadur Sahib to help in this important time. It is really important to understand that this time no Hindu warrior, no sannyasi was meeting this challenge against the Mughal regime. So why would the Guru help the Brahmins who believed in idols, who did not follow the same path as the Sikhs? But the Guru's motive was protection and peace and setting a positive message. The young Guru Gobind Rai also stated to Guruji, "Who is greater than you to take on this challenge?" The Sakhis all narrate that if Guru Tej Bahadur could be converted, then all the Hindu pandits would follow suits.
Eventually, the Pandit sent a message to Bhasha Aurangzeb that the Guru Sahib would come to Delhi as well. And on these fateful days, Aurangzeb was wanted to see some kind of miracle from Guru Tegh Bahadur Sahib. He'd heard the stories of what the gurus were about. However, he wanted to understand and see something like a karamat, which was not going to happen. The question of conversion to Islam also came up, and Guru Tegh Bahadur would not succeed to such a claim. As a result, the followers of Guru Tegh Bahadur Sahib, as we know, as Bhai Mati Das, Bhai Sati Das, Bhai Dyal Das, all were shaheed. The Guru's execution was next, and this took place at Chandni Chowk. His cease was severed from his body in November 1675. Guru Sahib met his end reciting Gurbani, which was the same with all the Guru's followers. So if the Mughals thought the Sikh Guam was over, then they were mistaken, because this ensured that the resolve of the next Guru was hardened. So Gobind Singh saw the Gurbani of his father and his fellow Sikhs, and hence the Khalsa would now be the fighting end goal of this tyranny and persecution. Gobind Singh saw this moment as a watershed moment, and the Khalsa would be forged on identity, martial spirit, and to take the face of just injustice and tyranny head on. That's why Guru Sahib in his Bani talks about the folklores of the past and brings them to the present through compositions of like Chandi Diwar and Krishna Avatar. Mm-hmm. In his Bani also praises his father and states that no one could perform such a feat as that of Tegh Bahadur Sahib. So the Mughal regime was on the downward spiral in the 18th century, and the Sikh missiles would redress all the wrongs committed by them. During the reign of Jassa Singh Ahluwalia, the Mughals were punished and they took over Delhi in 1783. This allowed the Khalsa to signify the markers of Sikh sovereignty. Baba Bagil Singh's mission in 1783 was to ensure the Gurdwaras related to where Guru Tegh Bahadur was Shaheed, Gurdwara Sis Ganj, and Gurdwara Rakab Ganj, where Guruji's Sanskar took place, were raised to symbolize the values of peace, tolerance, and Shahidi. So what do we learn from all of this? We learn simply that Ninth Master instilled courage, determination, and showed how the intervention of people of another faith was not just to be commended, it was the duty of the common person, that selfless actions were the rightful thing to do. It was all about humanity. It wasn't just for yourself, your family, or even your own dharam. It was for humanity. And there is no better individual who gave the world the insignia of interfaith relations to be peace with your fellow man and woman and to stand up to this tyranny. The name of Guru Tegh Bahadur Sahib represents the truthfulness in this particular age. Wow, wonderful. Thank you for this historical perspective that you have shared with us, Gurinder Singh Manji. My question to you would be, what do we presently as Sikhs lack, and what solutions would you like to offer in the next 3-4 minutes? Well, I think we can learn a lot from Sikh history, because anything that has taken place in the past, we should learn the lessons from that. Whether it be at the time of the gurus, we understand about parallel gurus being taking place. So we also understand about the Anglo-Sikh wars as well. We understand how we lost our Raj. And I think the key lessons that we need in this particular time, at this moment, is unity. We need unity amongst the Sikh Gaum to ensure that everybody has a better understanding of ourselves. Once we have a better understanding of ourselves, then we can actually go out and teach the world about what our Sikhi is supposed to be about. So I think that gut is really important. We shouldn't be divisive on simple matters. We should realize that, you know, many people will have different perspectives, but we should always come together on a common platform to ensure the Sikhi stands paramount, stands on a pedestal. And this pedestal, we have so much to offer to the world. And as a result of that, these are the factors which we should install in our children to ensure that Sikhi creates this vision, which is not a vision just for our Sikhs, but is a worldwide vision. Absolutely. Wonderful. Thank you very much for your perspective and for your answer. My next guest is Dr. Gurinderpal Singh Joson. Dr. Joson is a well-known Sikh personality who has worked a lot to create awareness about the Battle of Saragadi. He is presently the chairman of the Saragadi Foundation, Pai Mardanaji Foundation. He is the chairman, and also he's the founder president of Sikhs in America.
So today, let's listen to him as to what his views are about Guru Tegh Bahadur Ji. And as we are focusing on the legacy of Guru Tegh Bahadur, and I always say that during the past 9 days, this is the ninth day, the concluding day of this conference, and our focus has been that how, while we are proud of the legacy of our gurus, what we need to implement in our daily life, that is more important. Dr. Gurinderpal Singh Joshan, welcome, and for the next 10 to 12 minutes, we would like to listen to you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲੇ ਸਰਦਾਰ ਹਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਮੈਂ ਵਧਾਈ ਦੇਣਾ ਹਾਂ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 9 ਦਿਨਾਂ ਲਗਾਤਾਰ 1 ਮਈ ਤੋਂ 9 ਮਈ ਤੱਕ ਇਹ ਵਰਲਡ ਵਾਈਡ ਸਮਾਗਮ ਕਰਵਾ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਨਾਲ ਸਾਡੀ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਇਹ ਪਤਾ ਲੱਗੇਗਾ ਵਿਦਵਾਨਾਂ ਦੇ ਵਿਚਾਰ ਸੁਣ ਕੇ ਵੀ ਗੁਰੂ ਤੇਗ ਬਹਾਦਰ ਜੀ ਨੇ ਸਿੱਖ ਕੌਮ ਵਾਸਤੇ ਕੀਤਾ ਅਸੀਂ ਇਸ ਨੂੰ ਜਾਣਨ ਵਾਸਤੇ ਥੋੜਾ ਜਿਹਾ ਉਹਨਾਂ ਦੇ ਪਿਛੋਕੜ ਵੱਲ ਜਾਵਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ਜੋ ਕਿ 1621 1 ਅਪ੍ਰੈਲ 1621 ਮੁਤਾਬਕ ਹੋਇਆ ਤੇ ਉਸ ਸਥਾਨ ਨੂੰ ਅੱਜ ਕੱਲ੍ਹ ਗੁਰੂ ਕੇ ਮਹਿਲ ਕਰਕੇ ਜਾਣਿਆ ਜਾਂਦਾ ਹੈ ਜੋ ਕਿ ਬਹੁਤ ਹੀ ਪ੍ਰਸਿੱਧ ਸਥਾਨ ਹੈ ਅੰਮ੍ਰਿਤਸਰ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਸਿਰਫ 11 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦਾ ਆਨੰਦ ਕਾਰਜ ਕਰ ਦਿੱਤਾ ਗਿਆ ਸੀ ਉਸ ਦੇ ਪਿੱਛੇ ਵੀ ਇੱਕ ਪਿਛੋਕੜ ਹੈ ਉਸਦਾ ਕਾਰਨ ਇਹ ਸੀ ਕਿ ਗੁਰੂ ਤੇਗ ਬਹਾਦਰ ਜੀ ਸ਼ੁਰੂ ਤੋਂ ਹੀ ਇੱਕ ਤਿਆਗ ਦੀ ਮੂਰਤ ਸਨ ਤੇ ਉਹਨਾਂ ਦਾ ਦੁਨੀਆਦਾਰੀ ਤੋਂ ਬਿਲਕੁਲ ਅਲੱਗ ਰਹਿ ਕੇ ਅਕਾਲ ਪੁਰਖ ਦੀ ਬੰਦਗੀ ਵੱਲ ਜ਼ਿਆਦਾ ਧਿਆਨ ਸੀ ਛੋਟੀ ਉਮਰ ਵਿੱਚ ਹੀ ਉਹਨਾਂ ਦਾ ਪੁਰਾਣਾ ਜਿਹੜਾ ਨਾਮ ਸੀ ਤੇਗ ਬਹਾਦਰ ਜੀ ਤੋਂ ਪਹਿਲੇ ਤਿਆਗਮਲ ਸੀ ਤੇ ਇਸ ਦਾ ਵੀ ਇੱਕ ਰੀਜ਼ਨ ਆਉਂਦਾ ਹੈ ਵੀ ਤਿਆਗਮਲ ਕਿਸ ਤਰ੍ਹਾਂ ਤੇਗ ਬਹਾਦਰ ਜੀ ਬਣ ਗਏ ਹਨ ਪਰ ਉਹਨਾਂ ਦੇ ਪਿਛੋਕੜ ਵਿੱਚ ਵੇਖਦੇ ਹੋਏ ਅਸੀਂ ਇੱਕ ਦੋ ਉਦਾਹਰਣਾਂ ਦੇਵਾਂਗੇ ਜ਼ਰੂਰ ਜਿੱਥੋਂ ਉਹਨਾਂ ਦੇ ਵੱਡੇ ਭਾਈ ਭਾਈ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੋਇਆ ਤਾਂ ਮਾਤਾ ਨਾਨਕੀ ਜੀ ਨੇ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਸਨ ਉਹਨਾਂ ਨੇ ਨਵੇਂ ਕੱਪੜੇ ਤੇ ਇਸ ਵਿਆਹ ਦੇ ਵਿੱਚ ਕੋਈ ਹੋਰ ਗਹਿਣੇ ਵਗੈਰਾ ਨਵੀਆਂ ਚੀਜ਼ਾਂ ਉਹਨਾਂ ਨੂੰ ਬਣਾ ਕੇ ਦਿੱਤੀਆਂ ਤੇ ਉਹ ਜਦੋਂ ਇਹ ਪਾ ਕੇ ਆਪਣਾ ਸ਼ਹਿਰ ਦੇ ਵਿੱਚ ਹੀ ਬਾਹਰ ਨਿਕਲੇ ਤਾਂ ਇੱਕ ਗਰੀਬ ਬ੍ਰਾਹਮਣ ਜੋ ਕਿ ਬਹੁਤ ਹੀ ਮਾੜੀ ਹਾਲਤ ਵਿੱਚ ਸੀ ਉਸਨੇ ਗੁਰੂ ਸਾਹਿਬ ਦੇ ਸੋਹਣੇ ਕੱਪੜੇ ਤੇ ਗਹਿਣੇ ਵਗੈਰਾ ਵੇਖ ਕੇ ਉਹਨਾਂ ਨੂੰ ਕਿਹਾ ਵੀ ਮੈਂ ਬਹੁਤ ਗਰੀਬ ਹਾਂ ਤੇ ਤੁਸੀਂ ਇਹ ਮੈਨੂੰ ਦੇ ਸਕਦੇ ਹੋ ਤਾਂ ਉਹਨਾਂ ਨੇ ਇੱਕ ਸ਼ਰਮ ਵੀ ਨਹੀਂ ਲਾਇਆ ਤੇ ਆਪਣੇ ਕੀਮਤੀ ਵਸਤਰ ਤੇ ਗਹਿਣੇ ਉਸ ਗਰੀਬ ਬ੍ਰਾਹਮਣ ਨੂੰ ਦੇ ਦਿੱਤੇ ਇਸ ਤੋਂ ਬਾਅਦ ਇੱਕ ਹੋਰ ਘਟਨਾ ਵਾਪਰਦੀ ਹੈ ਤੇ ਇੱਕ ਸਮੇਂ ਉਹ ਆਪਣੇ ਘੋੜੇ ਤੇ ਸਫ਼ਰ ਕਰ ਰਹੇ ਸਨ ਤਾਂ ਇੱਕ ਗਰੀਬ ਡੂਮ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਘੋੜੇ ਤੇ ਬਸਤਰਾਂ ਦੀ ਮੰਗ ਕਰਦਾ ਹੈ ਤੇ ਉਹ ਉਸ ਗਰੀਬ ਡੂਮ ਨੂੰ ਆਪਣੇ ਘੋੜਾ ਤੇ ਬਸਤਰ ਵੀ ਦੇ ਦਿੰਦੇ ਹਨ ਇਹ ਸਾਰੀਆਂ ਗੱਲਾਂ ਜਦੋਂ ਮਾਤਾ ਨਾਨਕੀ ਜੀ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸਦੇ ਹਨ ਤਾਂ ਇਹ ਸੋਚਦੇ ਹਨ ਕਿ ਤੇਗ ਬਹਾਦਰ ਜੀ ਨੂੰ ਅਸੀਂ ਗ੍ਰਹਿਸਥ ਜੀਵਨ ਵਿੱਚ ਪਾ ਦਈਏ ਤਾਂ ਹੋ ਸਕਦਾ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤੇ ਇਸ ਤਰ੍ਹਾਂ ਗਰੀਬਾਂ ਦੀ ਮਦਦ ਵੀ ਕਰਦੇ ਰਹਿਣ ਪਰ ਆਪਣੇ ਜੀਵਨ ਨੂੰ ਅੱਗੇ ਚਲਾ ਇਸ ਕਰਕੇ ਉਹ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ 11 ਸਾਲ ਦੀ ਉਮਰ ਵਿੱਚ ਮਾਤਾ ਗੁਜਰੀ ਜੀ ਨਾਲ ਕਰ ਦਿੰਦੇ ਹਨ ਪਰ ਇੱਥੇ ਇੱਕ ਹੋਰ ਤਿਆਗ ਦੀ ਮੂਰਤ ਦੀ ਇੱਕ ਹੋਰ ਘਟਨਾ ਵਾਪਰਦੀ ਹੈ ਗੁਰੂ ਤੇਗ ਬਹਾਦਰ ਜੀ 11 ਸਾਲ ਦੀ ਉਮਰ ਦੇ ਵਿੱਚ ਆਨੰਦ ਕਾਰਜ ਕਰਨ ਦੇ ਬਾਵਜੂਦ 44 ਸਾਲ ਤੱਕ ਗ੍ਰਹਿਸਥ ਜੀਵਨ ਤੋਂ ਅਲੱਗ ਰਹਿੰਦੇ ਹਨ 44 ਸਾਲ ਵਿੱਚ ਫਿਰ ਉਹ ਜਾ ਕੇ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕਰਦੇ ਹਨ ਤੇ ਇਸ ਦਰਮਿਆਨ ਉਹ ਇੱਕ ਅਕਾਲ ਪੁਰਖ ਦੀ ਬੰਦਗੀ ਤੇ ਤਪੱਸਿਆ ਵਿੱਚ ਲੀਨ ਰਹਿੰਦੇ ਹਨ ਇਸ ਤੋਂ ਪਹਿਲੇ ਇੱਕ ਹੋਰ ਘਟਨਾ ਹੈ ਜਿੱਦਾਂ ਮਾਨ ਜੀ ਨੇ ਵੀ ਜ਼ਿਕਰ ਕੀਤਾ ਜੋ ਕਿ ਬਹੁਤ ਹੀ ਸਜੇ ਹੋਏ ਵਿਦਵਾਨ ਹਨ ਕਰਤਾਰਪੁਰ ਦੀ ਲੜਾਈ ਜੋ ਕਿ 1635 ਈਸਵੀ ਵਿੱਚ ਹੋਈ ਸੀ ਉਸ ਲੜਾਈ ਵਿੱਚ ਗੁਰੂ ਤੇਗ ਬਹਾਦਰ ਜੀ ਪਹਿਲੇ ਤਿਆਗਮਲ ਸਨ ਸਿਰਫ 14 ਸਾਲ ਦੀ ਉਮਰ ਵਿੱਚ ਆਪਣੇ ਤੇਗ ਦੇ ਜੋਹਰ ਜੰਗਜੂ ਦਿਖਾਉਂਦੇ ਹਨ ਕਿਉਂਕਿ ਸਿੱਖ ਗੁਰੂ ਸਾਹਿਬਾਨ ਵੀ ਖੁਦ ਤੇ ਖਾਲਸਾ ਪੰਥ ਵੀ ਜੋ ਕਿ ਸਿੱਖ ਹਨ ਸਾਰੇ ਸਿੰਘ ਉਹ ਸੰਤ ਸਿਪਾਹੀ ਰਹੇ ਹਨ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਵਿੱਚ ਸੰਤ ਸਿਪਾਹੀ ਦੀ ਝਲਕ ਸ਼ਾਮ ਪ੍ਰਤੱਖ ਰੂਪ ਨਜ਼ਰ ਆ ਜਾਂਦੀ ਹੈ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਗੁਰਦੁਆਰਾ ਗੋਇੰਦਵਾਲ ਤੇ ਖਡੂਰ ਸਾਹਿਬ ਦੇ ਕੋਲ ਇੱਕ ਮੱਲ ਅਖਾੜਾ ਵੀ ਬਣਵਾਇਆ ਸੀ ਉਹ ਆਪਣਾ ਗੁਰੂ ਦੇ ਪਿਆਰੇ ਸਿੱਖਾਂ ਨੂੰ ਰੋਜ਼ਾਨਾ ਕਸਰਤ ਕਰਨ ਵਾਸਤੇ ਪ੍ਰੇਰਦੇ ਸਨ ਤੇ ਇਸੇ ਤਰ੍ਹਾਂ ਇਹ ਕਨਸੈਪਟ ਅੱਗੇ ਚੱਲਦਾ ਹੈ ਮੀਰੀ ਪੀਰੀ ਤੋਂ ਖਾਲਸਾ ਪੰਥ ਤੱਕ ਗਿਆ ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ 27 ਸਾਲ ਜੋ ਕਿ ਉਹਨਾਂ ਨੇ ਬਾਬਾ ਬਕਾਲਾ ਵਿੱਚ ਤਪੱਸਿਆ ਕੀਤੀ ਉਸ ਤੇ ਇੱਕ ਪਿਛੋਕੜ ਘਟਨਾ ਵਾਪਰਦੀ ਹੈ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਜੀ ਨੂੰ ਜਦੋਂ ਗੁਰਿਆਈ ਮਿਲਦੀ ਹੈ
ਤਾਂ ਧੀਰਮਲ ਤੇ ਹੋਰ ਸ਼ਰੀਕ ਵਾਦ ਵਿਵਾਦ ਕਰਦੇ ਹਨ। ਇਸ ਵਿਵਾਦ ਵਾਦ ਵਿਵਾਦ ਤੋਂ ਤੇ ਸ਼ਾਂਤੀ ਦੇ ਨੂੰ ਪ੍ਰਿਯ ਗੁਰੂ ਤੇਗ ਬਹਾਦਰ ਜੀ ਇਹ ਇਲਾਕਾ ਛੱਡ ਕੇ, ਕਰਤਾਰਪੁਰ ਦਾ ਇਲਾਕਾ ਛੱਡ ਕੇ, ਉਹ ਬਾਬਾ ਬਕਾਲਾ ਆਪਣੇ ਨਾਨਾ ਜੀ ਜੋ ਕਿ ਸ਼ਾਹੂਕਾਰ ਭਾਈ ਨਰੈਣ ਜੀ ਹੁੰਦੇ ਹਨ ਉਹਨਾਂ ਦੇ ਕੋਲ ਚਲੇ ਜਾਂਦੇ ਹਨ ਤੇ ਤਕਰੀਬਨ 27 ਸਾਲ ਤੋਂ ਜ਼ਿਆਦਾ ਸਮਾਂ ਬਾਬਾ ਬਕਾਲਾ ਵਿੱਚ ਇੱਕ ਭੋਰੇ ਵਿੱਚ ਰਹਿ ਕੇ ਤਪੱਸਿਆ ਕਰਦੇ ਹਨ ਤੇ ਗ੍ਰਹਿਸਥ ਦੇ ਵਿੱਚ ਰਹਿੰਦੇ ਹੋਏ ਵੀ ਇੱਕ ਅਕਾਲ ਪੁਰਖ ਦੀ ਬੰਦਗੀ ਕਰਦੇ ਹਨ ਤੇ ਇਸ ਦੇ ਉੱਪਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਇਹਨਾਂ ਨੂੰ ਗੁਰਿਆਈ ਮਿਲਦੀ ਹੈ ਉਹਨਾਂ ਦੇ ਆਖਰੀ ਬਚਨ ਹੁੰਦੇ ਹਨ ਬਾਬਾ ਬਕਾਲਾ ਤੇ ਇੱਕ ਬੰਜਾਰਾ ਸਿੱਖ ਜੋ ਕਿ ਲੱਖੀ ਸ਼ਾਹ ਬੰਜਾਰਾ ਮੱਖਣ ਸ਼ਾਹ ਲੋਬਾਣਾ ਹੈ ਜੋ ਕਿ ਬੰਜਾਰੇ ਉਹਨਾਂ ਦੇ ਟਾਂਡੇ ਵੀ ਚੱਲਦੇ ਹਨ ਉਹ ਆਪਣਾ ਗੁਰੂ ਲਾਧੋਰੇ ਦਾ ਹੋਕਾ ਦੇ ਕੇ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਵਿੱਚ ਸਿੱਖਾਂ ਦੇ ਰੂਬਰੂ ਕਰਦਾ ਹੈ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਜਾਂਦੇ ਹਨ ਦਰਸ਼ਨ ਇਸ਼ਨਾਨ ਕਰਨ ਵਾਸਤੇ, ਪਰ ਉੱਥੇ ਇੱਕ ਹੋਰ ਘਟਨਾ ਵਾਪਰਦੀ ਹੈ। ਜਿਹੜੇ ਪੁਜਾਰੀ ਹੁੰਦੇ ਹਨ ਧੀਰਮਲੀਆਂ ਤੇ ਰਾਮ ਰਾਏ ਇਹਨਾਂ ਦੇ ਉੱਥੇ ਬਿਠਾਏ ਹੋਏ, ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨੀ ਡਿਓਰ ਦੇ ਕੋਲੋਂ ਦਰਵਾਜ਼ੇ ਬੰਦ ਕਰਕੇ ਘਰਾਂ ਨੂੰ ਚਲੇ ਜਾਂਦੇ ਹਨ। ਗੁਰੂ ਤੇਗ ਬਹਾਦਰ ਜੀ ਅਗਲੇ ਦਿਨ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਦਾ ਇੰਤਜ਼ਾਰ ਕਰਦੇ ਹਨ, ਪਰ ਉਹ ਉੱਥੇ ਨਹੀਂ ਪੁੱਜਦੇ। ਉਸ ਤੋਂ ਬਾਅਦ ਉਹ ਆਪਣਾ ਕੋਲ ਹੀ ਇੱਕ ਵੱਲਾ ਪਿੰਡ ਹੈ ਉਸ ਜਗ੍ਹਾ ਚਲ ਜਾਂਦੇ ਹਨ ਤੇ ਉੱਥੇ ਜਾਂਦੇ ਹੋਏ ਉਹ ਕਹਿ ਦਿੰਦੇ ਹਨ ਇਹ ਬਚਨ ਅੰਮ੍ਰਿਤਸਰੀਆਂ ਵਾਸਤੇ ਸਨ, ਅੰਮ੍ਰਿਤਸਰੀਏ ਅੰਦਰ ਸਰੀਏ। ਪਰ ਜਦੋਂ ਅੰਮ੍ਰਿਤਸਰ ਦੀ ਸੰਗਤ ਨੂੰ ਇਹ ਪਤਾ ਲੱਗਦਾ ਹੈ ਗੁਰੂ ਤੇਗ ਬਹਾਦਰ ਜੀ ਜੋ ਕਿ ਗੱਦੀ ਨਿਸ਼ੀਨ ਹਨ, ਗੁਰੂ ਨਾਨਕ ਸਾਹਿਬ ਜੀ ਦੇ ਗੱਦੀ ਦੇ ਵਾਰਿਸ ਸਨ, ਉਹ ਇੱਥੇ ਆਏ ਸਨ ਪਰ ਮਹੰਤਾਂ ਨੇ ਦਰਵਾਜ਼ੇ ਬੰਦ ਕਰਕੇ ਉਹਨਾਂ ਨੂੰ ਇੱਥੋਂ ਮੋੜ ਦਿੱਤਾ, ਤਾਂ ਉਹ ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਵੱਲਾ ਜਾਂਦੀਆਂ ਹਨ ਜੋ ਕਿ ਵੀਰਕੇ ਦੇ ਕੋਲ ਅੰਮ੍ਰਿਤਸਰ ਦੇ ਕੋਲ ਹੀ ਹੈ। ਉੱਥੇ ਜਾ ਕੇ ਉਹਨਾਂ ਦੀ ਸੇਵਾ ਤੇ ਦਰਸ਼ਨ ਕਰਦੇ ਹਨ। ਇਸ ਉਪਰੰਤ ਗੁਰੂ ਤੇਗ ਬਹਾਦਰ ਜੀ ਉਹਨਾਂ ਬੀਬੀਆਂ ਨੂੰ ਇਹ ਵਰ ਦਿੰਦੇ ਹਨ, ਮਾਈਆਂ ਗੁਰੂ ਰਜਾਈਆਂ ਭਗਤੀ ਲਾਈਆਂ। ਇਸ ਤੋਂ ਬਾਅਦ ਇੱਕ ਹੋਰ ਘਟਨਾ ਅੱਗੇ ਵਾਪਰਦੀ ਹੈ। ਇਹ ਸਾਰਾ ਕੁਛ ਕਰਤਾਰਪੁਰ ਅੰਮ੍ਰਿਤਸਰ ਦਾ ਮਾਹੌਲ ਵੇਖ ਕੇ ਗੁਰੂ ਤੇਗ ਬਹਾਦਰ ਜੀ ਪਹਾੜੀ ਰਾਜੇ ਦੇ ਕੋਲੋਂ ਜਿਸ ਦਾ ਨਾਮ ਕਿ ਦੀਪ ਚੰਦ ਕਹਲੂਰੀ ਸੀ, ਉਸ ਕੋਲੋਂ ਇੱਕ ਮੱਖੋਵਾਲ ਜੋ ਕਿ ਪਿੰਡ ਕਾਫੀ ਸਮੇਂ ਤੋਂ ਉਜੜਿਆ ਆਇਆ ਸੀ, ਉਜੜੇ ਹੋਏ ਪਿੰਡ ਨੂੰ ਉਸ ਕੋਲੋਂ ਖਰੀਦ ਕੇ ਉਸ ਜਗ੍ਹਾ ਤੇ ਨਵਾਂ ਨਗਰ ਵਸਾਉਂਦੇ ਹਨ ਜੋ ਕਿ ਅੱਜ ਕੱਲ ਮੌਜੂਦਾ ਸਮੇਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਨਾਮ ਸੁਸ਼ੋਭਿਤ ਹੈ। ਇਸ ਜਗ੍ਹਾ ਤੇ ਉਹ ਨਗਰ ਵਸਾ ਕੇ ਦੁਨੀਆਦਾਰੀ ਦੇ ਨਾਲ ਅੱਗੇ ਚੱਲਦੇ ਹਨ। ਹੌਲੀ ਹੌਲੀ ਹੋਰ ਸਿੱਖ ਸੰਗਤਾਂ ਉੱਥੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਇਸ ਘਟਨਾ ਤੋਂ ਅੱਗੇ ਚੱਲਦੇ ਹੋਏ ਫਿਰ ਅੱਗੇ ਦਿੱਲੀ ਦੀ ਘਟਨਾ ਆ ਜਾਂਦੀ ਹੈ। ਇਸ ਤੋਂ ਪਹਿਲੇ ਗੁਰੂ ਤੇਗ ਬਹਾਦਰ ਜੀ ਆਸਾਮ ਬੰਗਾਲ ਵੱਲ ਬਹੁਤ ਬੰਗਲਾਦੇਸ਼ ਢਾਕਾ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ। ਮੇਰਾ ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਕਿਸੇ ਨੇ ਉਦਾਸੀਆਂ ਕੀਤੀਆਂ ਲੰਮਾ ਸਮਾਂ ਦੂਰ ਤੱਕ ਗਏ ਤਾਂ ਉਹ ਗੁਰੂ ਤੇਗ ਬਹਾਦਰ ਜੀ ਸਨ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਬੰਗਲਾਦੇਸ਼ ਤੱਕ ਗਏ, ਆਸਾਮ ਤੱਕ, ਕਲਕੱਤੇ ਸਾਰਾ ਉਹਨਾਂ ਨੇ ਇਸ ਦਾ ਗਮਨ ਕੀਤਾ। ਤੇ ਕਸ਼ਮੀਰੀ ਪੰਡਤਾਂ ਦੀ ਅਰਜੋਈ ਉੱਤੇ, ਕਿਉਂਕਿ ਔਰੰਗਜ਼ੇਬ ਜੋ ਕਿ ਇੱਕ ਜ਼ਾਲਮ ਬਾਦਸ਼ਾਹ ਸੀ, ਉਹ ਰੋਜ਼ਾਨਾ ਪੂਰੇ ਇੰਡੀਆ ਦੇ ਹਿੰਦੂਆਂ ਨੂੰ ਕਤਲ ਕਰਕੇ ਜਾਂ ਜ਼ਬਰਦਸਤੀ ਮੁਸਲਮਾਨ ਬਣਾ ਕੇ, ਇਹ ਇੱਕ ਇਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਰੋਜ਼ਾਨਾ ਆਪਣਾ 25 ਮਨ ਦੇ ਕਰੀਬ ਜਨੇਊ ਉਤਰਵਾ ਕੇ ਫਿਰ ਉਹ ਰੋਟੀ ਖਾਂਦਾ ਸੀ। ਇਹ ਘਟਨਾ ਕਸ਼ਮੀਰ ਵਿੱਚ ਵੀ ਵਾਪਰਦੀ ਹੈ। ਉੱਥੋਂ ਦੇ ਕਸ਼ਮੀਰੀ ਪੰਡਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਆਉਂਦੇ ਹਨ ਤੇ ਆਪਣੇ ਬਚਾਅ ਵਾਸਤੇ ਅਰਜੋਈ ਕਰਦੇ ਹਨ। ਫਿਰ ਇੱਥੇ ਤਿਆਗ ਦੀ ਮੂਰਤ, ਇਹ ਘਟਨਾ ਇੱਕ ਬਹੁਤ ਹੀ ਅਹਿਮ ਘਟਨਾ ਹੈ ਕਿਉਂਕਿ ਦੁਨੀਆਂ ਦੇ ਕਿਸੇ ਵੀ ਇਤਿਹਾਸ ਵਿੱਚ ਇੱਕ ਜਿਹੜਾ ਮਹਾਂਪੁਰਸ਼ ਹੋਏ ਉਹ ਆਪਣੀ ਕੌਮ ਵਾਸਤੇ ਤਾਂ ਹਮੇਸ਼ਾ ਭਲਾਈ ਦੇ ਕੰਮ ਕਰਦਾ ਹੈ ਜਾਂ ਸ਼ਹਾਦਤ ਦੇ ਸਕਦਾ ਹੈ, ਪਰ ਕਿਸੇ ਦੂਸਰੇ ਧਰਮ ਵਾਸਤੇ ਸ਼ਹਾਦਤ ਦੇਣੀ ਬਹੁਤ ਹੀ ਵੱਡੀ ਘਟਨਾ ਵਾਪਰਦੀ ਹੈ ਦੁਨੀਆਂ ਦੇ ਵਿੱਚ, ਬਹੁਤ ਹੀ ਅਹਿਮ ਘਟਨਾ ਦਾ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਕਿਸੇ ਦੂਸਰੇ ਧਰਮ ਦੀ ਭਲਾਈ ਖਾਤਰ, ਉਸਦੀ ਬਚਾਅ ਖਾਤਰ ਆਪਣੀ ਸ਼ਹਾਦਤ ਦੇਣੀ। ਤੇ ਇਸੇ ਕਰਕੇ ਹੀ ਅੱਜ ਵੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਤੇ ਉਸਦੇ ਸੰਬੰਧ ਵਿੱਚ ਸ਼ਹਾਦਤ ਵਿੱਚ ਇਹ ਲਫ਼ਜ਼ ਜੋ ਕਿ ਅੰਕਿਤ ਕੀਤੇ ਗਏ ਹਨ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀ ਅਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੋ ਆਨ। ਇਸ ਘਟਨਾ ਨੂੰ ਅਸੀਂ ਅੱਗੇ ਵੇਖਦੇ ਹਾਂ ਕਿ ਸਿੱਖ ਧਰਮ ਵਿੱਚ ਦੋ ਮੇਨ ਸ਼ਹਾਦਤਾਂ ਹੋਈਆਂ ਹਨ। ਪਹਿਲੀ ਸ਼ਹਾਦਤ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦੀ ਹੈ ਜੋ ਕਿ ਲਾਹੌਰ ਵਿੱਚ ਡੇਰਾ ਸਾਹਿਬ ਵਿਖੇ ਹੁੰਦੀ ਹੈ। ਉਸ ਸ਼ਹਾਦਤ ਤੋਂ ਬਾਅਦ ਸਿੱਖੀ ਵਿੱਚ ਇੱਕ ਨਵਾਂ ਆਪਣਾ ਫੋਰਸ ਨਾਲ ਸਿੱਖੀ ਉੱਪਰ ਵਧਦੀ ਹੈ ਤੇ ਮੀਰੀ ਪੀਰੀ ਦਾ ਕੰਸੈਪਟ ਬਾਹਰ ਆਉਂਦਾ ਹੈ।
ਜੋ ਕਿ ਸਿੱਖਾਂ ਨੂੰ ਜੰਗਜੂ ਬਣਾਉਂਦਾ ਹੈ ਤੇ ਦੂਸਰੀ ਘਟਨਾ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਜੋ ਕਿ ਇਹ ਬਹੁਤ ਹੀ ਅਹਿਮ ਘਟਨਾ ਹੈ ਕਿਉਂਕਿ ਜੇ ਖਾਲਸਾ ਇਸ ਦੁਨੀਆਂ ਵਿੱਚ ਨਾ ਆਉਂਦਾ ਤਾਂ ਸਿੱਖ ਧਰਮ ਦੇ ਥਰੂ ਅਸੀਂ ਕਹਿ ਸਕਦੇ ਹਾਂ ਕਿ ਅੱਜ ਇੰਡੀਆ ਵਿੱਚ ਕੋਈ ਵੀ ਹਿੰਦੂ ਨਾ ਨਜ਼ਰ ਆਉਂਦਾ ਜੋ ਕਿ ਖਾਲਸਾ ਪੰਥ ਦੀ ਕਰਕੇ ਹੀ ਉੱਥੇ ਖਾਲਸੇ ਦਾ ਦਬਦਬਾ ਰਿਹਾ ਹੈ ਤੇ ਇਹੀ ਮੈਂ ਕਹਾਂਗਾ ਗੁਰੂ ਤੇਗ ਬਹਾਦਰ ਜੀ ਦਾ ਜੋ ਪ੍ਰਕਾਸ਼ ਦਿਵਸ ਅਸੀਂ ਮਨਾ ਰਹੇ ਹਾਂ 400 ਸਾਲਾਂ ਦਾ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਪਰ ਚੱਲਣਾ ਚਾਹੀਦਾ ਹੈ ਤੇ ਸੰਤ ਸਿਪਾਹੀ ਦਾ ਜੋ ਕਨਸੈਪਟ ਹੈ ਉਸ ਨੂੰ ਲੈ ਕੇ ਅੱਗੇ ਚੱਲਣਾ ਚਾਹੀਦਾ ਹੈ ਇੰਨਾ ਹੀ ਕਹਿੰਦਾ ਹੋਇਆ ਮੈਂ ਆਪੀ ਦਾ ਧੰਨਵਾਦ ਕਰਦਾ ਬਹੁਤ ਧੰਨਵਾਦ ਜੀ ਸ਼ੁਕਰੀਆ ਗੁਰਿੰਦਰਪਾਲ ਸਿੰਘ ਜੀ ਜੋਸਨ ਜੀ ਸੋ ਮੇਰਾ ਸਵਾਲ ਜਿਹੜਾ ਕਿ ਹਰ ਪੈਨਲਿਸਟ ਨੂੰ ਮੈਂ ਪੁੱਛਿਆ ਗਿਆ ਤੁਹਾਡੇ ਹਿਸਾਬ ਨਾਲ ਤੁਸੀਂ ਵੀ ਦੁਨੀਆਂ ਭਰ ਘੁੰਮਦੇ ਹੋ ਅਤੇ ਖਾਸ ਤੌਰ ਦੇ ਉੱਤੇ ਜੋ ਬੈਟਲ ਆਫ ਸਾਰਾਗੜੀ ਨੂੰ ਤੁਸੀਂ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈਗੀ ਬਹੁਤ ਸਾਰੀ ਅਵੇਅਰਨੈਸ ਕ੍ਰੀਏਟ ਕੀਤੀ ਹੈਗੀ ਹੈ ਅੱਜ ਸਿੱਖਾਂ ਦੇ ਵਿੱਚ ਕਿਹੜੀ ਕਮੀ ਤੁਹਾਨੂੰ ਨਜ਼ਰ ਆ ਰਹੀ ਅਤੇ ਕੀ ਸੋਲਿਊਸ਼ਨ ਤੁਸੀਂ ਆਫਰ ਕਰਨਾ ਚਾਹੋਗੇ ਹਾਂਜੀ ਤੁਹਾਡਾ ਬਹੁਤ ਵਧੀਆ ਸਵਾਲ ਹੈ ਸਿੱਖਾਂ ਵਿੱਚ ਜਿੱਦਾਂ ਹੁਣ ਨਹੀਂ ਆਪਣਾ ਭਾਈ ਸਾਹਿਬ ਡਾਕਟਰ ਮਾਨ ਜੀ ਨੇ ਜ਼ਿਕਰ ਕੀਤਾ ਹੈ ਕਿ ਸਾਡੇ ਵਿੱਚ ਯੂਨਿਟੀ ਦੀ ਘਾਟ ਹੈ ਜਿੰਨੀ ਦੇਰ ਤੱਕ ਸਾਰੇ ਪੂਰੇ ਪੂਰਾ ਵਰਲਡ ਵਿੱਚ ਸਿੱਖ ਕੌਮ ਇਕੱਠੀ ਨਹੀਂ ਹੁੰਦੀ ਇੱਕ ਯੂਨਿਟੀ ਦੇ ਤੌਰ ਤੇ ਕੰਮ ਕਰ ਨਹੀਂ ਕਰਦੀ ਇੱਕ ਦੂਸਰੇ ਦੇ ਨਾਲ ਮਿਲ ਕੇ ਨਹੀਂ ਚੱਲਦੀ ਉਨੀ ਦੇਰ ਤੱਕ ਅਸੀਂ ਇਕੱਠੇ ਹੋ ਕੇ ਅੱਗੇ ਤਰੱਕੀ ਨਹੀਂ ਕਰ ਸਕਦੇ ਜਿੱਦਾਂ ਯਹੂਦੀ ਕੌਮ ਨੇ ਛੋਟੀ ਜਿਹੀ ਕੌਮ ਹੋਣ ਦੇ ਬਾਵਜੂਦ ਅੱਜ ਦੁਨੀਆਂ ਦੇ ਵਿੱਚ ਆਪਣਾ ਨਾਮ ਬਣਾਇਆ ਹੈ ਸਿੱਖਾਂ ਨੂੰ ਵੀ ਚਾਹੀਦਾ ਹੈ ਆਪਣੇ ਆਪਸੀ ਗਿਲੇ ਸ਼ਿਕਲੇ ਮੁਕਤਾ ਕੇ ਇਕੱਠੇ ਹੋ ਕੇ ਚੱਲਣ ਤੇ ਸਾਡੇ ਇਹ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂ ਵੀ ਸਾਡੀਆਂ ਮਾਵਾਂ ਦਾ ਇਸ ਵਿੱਚ ਬਹੁਤ ਅਹਿਮ ਰੋਲ ਹੋਣਾ ਚਾਹੀਦਾ ਹੈ ਕਿਉਂਕਿ ਸਾਡਾ ਜੋ ਸਿੱਖ ਇਤਿਹਾਸ ਹੈ ਉਹ ਸਾਡੀਆਂ ਮਾਵਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਬੱਚਿਆਂ ਨੂੰ ਉਸ ਵੱਲ ਪ੍ਰੇਰਿਤ ਕਰਨ ਲਾਇਬ੍ਰੇਰੀਆਂ ਦੇ ਵਿੱਚ ਉਹ ਸਿੱਖ ਇਤਿਹਾਸ ਦੀਆਂ ਕਿਤਾਬਾਂ ਲੈ ਕੇ ਸਾਡੇ ਬੱਚਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ ਜਿੰਨੀ ਦੇਰ ਤੱਕ ਅਸੀਂ ਆਪਣਾ ਇਤਿਹਾਸ ਨਹੀਂ ਪੜ੍ਹਾਂਗੇ ਅਸੀਂ ਸਿੱਖੀ ਨਾਲ ਨਹੀਂ ਜੁੜ ਸਕਦੇ ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ ਹੈ ਸਾਰਾਗੜੀ ਦੀ ਬੈਟਲ ਦਾ ਸਾਰਾਗੜੀ ਦੇ 21 ਸ਼ਹੀਦ ਸਿੱਖਾਂ ਦਾ ਮੁਕਾਬਲਾ ਕਿਵੇਂ ਕੀਤਾ ਕਿਉਂਕਿ ਉਹਨਾਂ ਨੇ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਦੀ ਚਮਕੌਰ ਦੀ ਗੜੀ ਵਿੱਚ ਜੇ 40 ਸਿੱਖ 10 ਲੱਖ ਦੀ ਕੌਮ ਦੀ ਮੁਸਲਮਾਨ ਕੌਮ ਦੇ ਨਾਲ ਮੁਕਾਬਲਾ ਕਰ ਸਕਦੇ ਹਨ ਤਾਂ ਅਸੀਂ 21 ਕਿਉਂ ਨਹੀਂ ਕਰ ਸਕਦੇ ਉਸੇ ਚੀਜ਼ ਗੁਰੂ ਗੋਬਿੰਦ ਸਿੰਘ ਜੀ ਦੇ ਕਨਸੈਪਟ ਨੂੰ ਉਹਨਾਂ ਨੇ ਅੱਗੇ ਚਲਾਇਆ ਤੇ ਅੱਜ ਫਿਰ ਮੈਂ ਇਹੀ ਕਹਾਂਗਾ ਕੌਮ ਦੀਆਂ ਪੂਰੀਆਂ ਬਾਵਾਂ ਨੂੰ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਪੁਰਾਤਨ ਇਤਿਹਾਸ ਦੇ ਨਾਲ ਜੋੜੋ ਤਾਂ ਜੋ ਸਾਡੇ ਵਿੱਚ ਵੀ ਸਿੱਖ ਸੂਰਮੇ ਪੈਦਾ ਹੋ ਸਕਣ ਤੇ ਅਸੀਂ ਆਉਣ ਵਾਲੀਆਂ ਧੰਨਵਾਦ ਜੀ ਸ਼ੁਕਰੀਆ ਬਿਫੋਰ ਆਈ ਗੈਟ ਮਾਈ ਨੈਕਸਟ ਗੈਸਟ ਡਾਕਟਰ ਮਾਨ ਆਈ ਹੈਵ ਅਨਦਰ ਕੁਐਸਚਨ ਵਿਦ ਯੂ ਬਿਕਾਜ਼ ਯੂ ਆਰ ਦ ਕਿਊਰੇਟਰ ਆਫ ਦ ਮਿਊਜ਼ੀਅਮ ਵਰਚੁਅਲ ਮਿਊਜ਼ੀਅਮ ਵਿਚ ਯੂ ਹੈਵ ਕ੍ਰੀਏਟਡ ਵਾਟ ਅਦਰ ਰਿਕਮੈਂਡੇਸ਼ਨਸ ਵੁੱਡ ਯੂ ਲਾਈਕ ਟੂ ਗਿਵ ਬਿਕਾਜ਼ ਜਨਰਲੀ ਵੀ ਟਾਕ ਟੂਡੇ ਦੈਟ ਆਰ ਯੰਗਸਟਰਸ ਆਰ ਗੋਇੰਗ ਅਵੇ ਫਰੋਮ ਸਿੱਖੀ ਸੋ ਵਾਟ ਆਰ ਯੂ ਫੀਲਿੰਗ ਦੈਟ ਇਜ਼ ਯੂ ਨੋ ਲੈਕਿੰਗ ਇਨ ਅਸ ਐਂਡ ਹਾਊ ਟੂ ਇੰਸਪਾਇਰ ਦ ਯੰਗਸਟਰਸ ਟੂ ਗੈਟ ਬੈਕ ਟੂ ਸਿੱਖੀ ਵਾਟ ਆਰ ਯੂਰ ਸੁਜੈਸ਼ਨਸ ਫੋਰ ਦੈਟ ਬਰੀਫਲੀ Well, Rinderpal Singh also kind of just mentioned now Absolutely. About we should read our charts. Reading is really great. I've been reading since I was a child. I tell people to read all the time. But we know now in this summer, at this moment, at this present day, there is a movement towards looking at computers. You know, everyone's on iPads. Everyone's looking at things digitally. So from our perspective, whilst I've written books, I do lectures, it's also important to embrace digital technologies which can help with explaining our Sikh ithihas as well. That's why we created the Anglo-Sikh Virtual Museum. It's available at www.anglosikhmuseum.com. And you can learn about Sikh ithihas through objects that we have recreated in 3D as well. So there's different platforms we can use in this moment in time to ensure that the youngsters can get a better diet of what Sikhi means and understand better ways of actually maybe explaining Sikh history and heritage as well. So that's another kind of thing which we can give to our youngsters in order to embrace Sikhi in a modern way, should right. I say. Okay. And Dr. Josan, as you have also started a course in Punjab, whereby examinations are going to be held on Battle of Saragadi. So congratulations for taking this initiative. Thank you to both of you. My next guest is Abhijit Singh Sachal. Abhijit Singh Sachal is a student at the University of Toronto studying global health and peace, conflict and justice. The brain behind this conference, Kamaljeet Singh Ji Ahluwalia from Delhi, who unfortunately passed away due to COVID on April the 27th, wanted Abhijit to speak in this conference. And Abhay is the co-founder of Break the Divide Foundation, which aims to foster empathy and bring communities together.
Abhijeet Singh is the recipient of the Canada's Walk of Fame Community Hero Award. So let's welcome Abhijeet Singh as our next guest, and he'll be sharing his views, and we'll listen to him as to what his views are on this particular subject. So Abhijeet Singh ji, Jianu, welcome to the program. Ji, Abhijeet Singh ji. Yeah, thank you so much for having me. On behalf of Mr. K.S. Ahluwalia, who unfortunately died from COVID-19, this was actually a piece that he published 3 weeks before his passing, and it was about what this 400th anniversary of Guru Tegh Bahadur is supposed to symbolize and what it should be. So I'll be reading his piece and then providing a bit of analysis about it. So Mr. K.S. Ahluwalia begins by talking about the Sikh ethos. He says, Sikh ethos isn't a compilation of sermons, stories, idolizing, and mantra-type repetition of what was being done for ages. It is a path, a new thought, which redefines the present to create a future of independence, self-worth, and self-evolution. With changing times and differential needs, we need to redraw the way we think and act. We need to grow out of getting limited to politically correct speeches, sermonizing, organizing lungers at street corners, pompous showbiz, to doing something more penetrative, more constructive, more meaningful, and more engaging. Instead, if we continue to sell ice to polar bears, we will again be toiling extremely hard, and yet we will be doing the same things again and again, thus getting the same results without creativity, innovation, and any discovery for self and society. The fourth centennial of the Ninth Master is likely to witness mega projects with showmanship, pomp, and glory, but expectedly with little efforts to imbibe the revolutionary teachings of this great human rights champion of the 17th century. For true seekers, there is a better way to celebrate the 400 years of Guru Tegh Bahadur. Apart from the transactional traditional activities of releasing stamps, creating infrastructure dedicated to the historic day, more critical, productive, constructive, and apt would be to ensuring that the life of the father of Guru Gobind Singh is showcased as case studies, imbibing various parameters of personal and public life. Soul-searching questions and their self-evolved answers alone will lead to the illumined path of Guru Tegh Bahadur Sahib. Yet this, too, is ever-changing. With time, we need our inquisitiveness to evolve, changing our questions to transform our lives by honest authenticity and candor. On this historic occasion, let there be a year-long search by every Sikh and those fascinated by the life of Guru Tegh Bahadur, asking, what can we endeavor to do better? And how can we create a better vibrant and celebrative ecosystem based on the life and teachings of Guru Tegh Bahadur Sahib? The Guru's life of solemnity and solitude, attached yet detached, his travels on the lines of Udasis of Guru Nanak leave you in a state of spiritual ecstasy, forcing you to ponder, what can we do to create an immersive ecosystem, taking a leaf out of the enriching life of the Ninth Master, rather than just affecting cosmetic changes in our lives, persuasions, and even celebrations? So today, all around us, materialism and selfishness are prime modern values about which we should be concerned, asking how to lead a life of immensity, commitment, fortitude, and thinking beyond oneself, and how to be a being of substance transiting from good to great, and to be great by choice. So with the trampling of human rights of beleaguered groups, marginalized communities, and nations happening all around us, we need to learn and practice respecting individual freedom to live, pursue faith, and celebrate the pure immensity of life without compromising our ideals. Sikh history will teach us how by doing so, the Guru went to the extent of laying down his own life for a belief he did not himself believe in. This would be our befitting tribute to our Guru and a huge service to oneself and society. And Sikhs, or friends of Sikhs, seek a purposeful life. We all have no choice but to follow the path of the husband of Mata Gujri Ji and be a lighthouse, always lit internally while guiding other people. Guru Tegh Bahadur, through leadership and example, taught us to understand deeply that the higher you are, the more responsible one needs to be. Thus, to be prepared to lead by example and not by empty sermonizing alone. The leader and the led have to imbibe being a focused and centered being, not one who swings like a pendulum.
History and legend have it that in a Sangha, Guru Tegh Bahadur told his child, Gobind Rai, that a holy person will have to lay down life to save the right to religion of one's choice, which then happened to be the Brahmins' Hinduism under the threat of the Mughals at that time. Gobind Rai promptly responded, "Who but you?" How did the father have the patience and courage to listen to this? Think. This is how one has to redefine the concept of courage, of living life dangerously by following the right path. Calling a spade does not come through opportunistic naivety, opportunism, or bravado, but through a life of commitment led through an ethical, social, religious, and political value system. What is the purpose of life? By knowing better the effects of leading a life of incremental goals and by effecting astute goal setting in a concise and precise manner, one can touch the goalposts of life, understand its purpose, and achieve it too. One of the many incredible revelations of Guru Tegh Bahadur Sahib is the Slok Mahalla Nava, verses of the ninth master, as the end verses of Guru Granth Sahib Ji. Guru Sahib extols us to be prepared to die empty after leading a fulfilled and complete life, a life of being total and in totality. And so this was the piece that Mr. Ahluwalia published 3 weeks before his passing, and the ending statement there of living a life full of vigor, full of tenacity, and full of that courage and bravado that he discussed, that in itself is in line with what Guru Tegh Bahadur Ji talks about. That in itself is what we ought to do. And Mr. Ahluwalia's piece here illuminates how as Sikhs these days, we tend to sermonize a lot. We tend to do what we are used to, which is langars or talking about a legacy in the past, but we don't truly understand this history. We don't understand what Guru Tegh Bahadur Ji did. He sacrificed his life for the beliefs of others, and he did not live a long life in that regard. And the purpose of the life of a Sikh is not to live a very lengthy life. Rather, it is to live a life that is full of this vigor and is full of this seva to humanity, not just to your own kind. Because in Sikhism, as Guru Tegh Bahadur Ji showed, there is no other. There is no Hindu and there is no Muslim. We are all the same. And so for Guru Tegh Bahadur Ji, he was not sacrificing his life for other people. Rather, he was sacrificing it for the oneness that is around us and for everyone that is the same ultimately. Another important point that Mr. Ahluwalia touches on here is the idea of leadership and leading through example. So he says that as you become more of a leader, that doesn't mean that now you can simply do whatever you want. Rather, you must actually have more responsibility. You must not be a tyrannical ruler to other people, but you must serve others as you would like to be served. And that is such an important point for our days today. As we look at our politicians, we look at ourselves through this COVID crisis. And Mr. Ahluwalia talked about the marginalized groups of society and how we support them. Again, this is not an us versus them. There is no other. As Bhai Kanhaiya Ji did, serving water to the enemies of the battlefield. That is who we ought to be as Sikhs and as people of this world. We have our identity, and that's wonderful. But beyond that identity, the spiritual side of Sikhi, learning from other people and being with other people, that is ultimately what we ought to do. And I'm very grateful to have read Mr. Ahluwalia's speech there. And once again, what he talked about, he embodied within his own life, this idea of goal setting and living a vibrant life to achieve what you want to do. That's absolutely what we as Sikhs must do in commemoration of Guru Tegh Bahadur Ji. This 400th anniversary is not solely a time to delve deep into the past, but to think of the future and to think of what we ought to do moving forward. So once again, I'm very grateful to have spoken on behalf of Mr. Ahluwalia. Thank and you. And I hope this message continues to propagate forward. Absolutely. Thank you very much, Abhijit Singh, for bringing this legacy of K.S. Ahluwalia further. The article that he had written on Guru Tegh Bahadur Ji, he would have, of course, spoken in this conference had he been alive. So we just pray for the departed soul. My question to you, Abhijit Singh, would be two questions, basically, as to what do you feel that we as Sikhs are lacking today, and how to involve younger generation like you, inspire them towards Sikhi? Yeah, absolutely. That's a wonderful question. And for the first question, what are we lacking today? I think, as Mr. Ahluwalia put it, it is this
actual practicing of what we do beyond the surface level Sikhism that we know. Of course, we all know about Seva. Of course, we all know about the identity that we have as Sikhs. But we don't actually understand the true philosophy of Sikhism. What is it that the gurus were doing in their lives? How were they able to bring millions of people together in traveling the world? And I think focusing on that education piece is where we lack today. We need to tell youngsters stories of the gurus and discuss how this is actually historical figures. This is not millions of years ago, but this is only 500, or in the case of Gurudeva, they're less than 400 years ago. So looking at this history from the perspective of what it was and teaching it as a historical fact is such an important thing. Like we learn about in high school, for example, here in Canada, we learn about the travels of Constantinople and Constantine and the Roman emperors, and you know, all around the world we learn about histories, but we don't learn about our own Sikh history. And this, of course, is history that we need to understand, because from a political perspective, I think youngsters, when they see that Guru Tegh Bahadurji, for example, he was a ruler not only in the spiritual realm, but also in the political realm. And he was able to govern in a way that was fair to all people. There was no religious persecution. And that's something that today we respect. And I think for youngsters, to answer your question, second question, youngsters often look at religion as something of the past that doesn't apply today. But learning about the history of Sikhism and also learning about the philosophy that we can find in Guru Granth Sahib Ji, that's how we are able to better understand what we can do today. And I think focusing on the education piece is what we need to do. And that education piece will ultimately bring more people, bring youngsters into Sikhism to understand what we as individuals can learn. Wonderful. Abhijit Singh Ji, thank you very much for your time. It was a pleasure listening to you. And once again, we hope that this message which has been given by you is understood by us elders, and we start incorporating that into our daily life. Thank you very much for your time. Yeah, thank you. Thank you. So I would like to conclude this conference today. It has been an incredible experience listening to wonderful 33 speakers from around the globe during the past 9 days. Though time was less, but the essence, the gist of what they wanted to say was brought forward to you. And from the bottom of my heart and the entire team, we are thankful to all of you for participating, and especially our speakers, the panelists. And this is just the beginning. We would like to continue this in discussions in further times also. And you know, there are many issues and challenges what we need to address. And I think these are the means by which we can interact with each other, listen to each other, and start bringing that awareness which is much desired. We're also thankful to our team members. Simar Singh, I would say he has worked so much in this conference that I have no words to express my gratitude to him. He is the one behind the posters and all the coordination. So thank you, Simar Singh, for your hard work. And we are proud that you are the youngest Sikh researcher. And with people like you who are there, we are in safe hands, we are sure. We would also like to thank Raja Dhaliwal of Wealth Builders University, Manjeet Litt of Litco Investments, Manjeet Gill of Cloverdale Fuel, Jaswinder Singh Parmar of EMC Insurance, and Sukhi Bhat of Sukhi Bhat Motors. It is with their support that we were able to bring these programs to you. And also we would like to thank Chardi Kala Time TV, Fateh TV, and Gurmat TV for broadcasting these programs for the past 9 days on their channels. We have been hearing from all of you from around the world that you have loved this conference. So once again, thank you very much. It is an honor and privilege for me that I was the moderator of this conference. And our journey does not end here. Every evening at 7 p.m. Pacific Standard Time on the Harpreet Singh Show, from Monday to Friday, 7 p.m. Pacific Standard Time, I have different guests, and our focus is to educate you, to inspire you, and to empower you. We all can bring about the desired change that we want if we start from ourselves. These 9 days that we have spent together have been wonderful. We have learned a lot from each other. Now is the time that all the suggestions that have come forward, let's start implementing them while we're not just talking to others, but on ourselves, let's experiment that and let's start following all the things. So once again, I would like to thank all of you for sparing your valuable time during the past 9 days, and especially to the speakers that you came forward within 10 to 12 minutes. You were trying to tell us the gist of what Guru Sahib's legacy is and what we need to incorporate in our life.
And as far as the question that I asked everyone, that what do we as Sikhs lack and what do we need to do on that, what are the solutions? Numerous solutions have come forward, and the most important thing, what everyone talked about, that we lack unity. So let's start working, sort out our differences. Hovo ekattar milo mere pai, duvida dur karo dev laye. Guru Sahib told us this. So let's start following what the Guru told us. Thank you very much once again. It has been a pleasure listening to all of you, and God willing, we will meet you again soon. But of course, as I said, you can contact me anytime at 604-603-7555, or you can email me at harpreetsingshow@gmail.com. Waheguru Ji Ka Khalsa, Waheguru Ji Ki Fateh.